ਸਾਰੇ ਪੜੋ ਡੰਡੋਤ ਬੰਦਨ ਅਨੰਕਾਰ ਸਰਬ ਕਲਾ ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਡੋਲਣ ਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਨਾਨਕ ਤੇ ਕਰ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਓ ਜਿਹੜਾ ਸਰੀਖੋਪਰੀ ਆ ਇੱਕ
ਇਹਦੇ ਵਿੱਚ ਕੀ ਭਰਿਆ ਪਿਆ, ਦਵੈਤ, ਫੋਟੋ ਵੇਖ ਲਓ ਚੰਗੀ ਤਰ੍ਹਾਂ, ਨਿੰਦਾ, ਚੁਗਲੀ, ਤੂਈ, ਦਵੈਤ, ਇਹੋ ਭਰਿਆ। ਗੁਰੂ ਦੇ ਕੋਲ ਬੈਠੇ ਨਾ, ਮਨੋ ਚਿੱਤੀ ਅੱਗੇ ਤੁਰੀਏ, ਇਹੋ ਕੁਝ ਭਰਿਆ। ਗੁਰੂ ਕਹਿੰਦਾ ਮੈਂ ਇਹ ਸਭ ਕੁਝ ਕੰਕੜ ਵਿੱਚੋਂ ਕੱਢ ਸਕਦਾ। ਕੰਕੜ ਜਿਹੜੇ ਭਰੇ ਨਾ, ਕੱਕਰ ਪੱਥਰ ਤੇਰੇ ਭਰੇ ਪਏ, ਨਿੰਦਾ, ਚੁਗਲੀ, ਦੂਈ, ਦਵੈਤ, ਇਹ ਮੈਂ ਸਾਰੀ ਤੇਰੇ ਵਿੱਚੋਂ ਕੱਢ ਕੇ ਤੈਨੂੰ ਖਾਲੀ ਕਰ ਸਕਦਾ ਹੈ, ਅਤੇ ਮੈਂ ਇਹਦੇ ਵਿੱਚ ਹੀਰੇ ਭਰ ਸਕਦਾ। ਕੀ ਬੋਲੋ ਜੀ, ਕਿਸ ਤਰ੍ਹਾਂ ਦੀ? ਕਹਿੰਦੇ ਜੇ ਇੱਕ ਗੁਰੂ ਕੀ, ਜੇ ਤੂੰ ਗੁਰੂ ਦੀ ਇੱਕ ਸਿੱਖਿਆ ਸੁਣ ਲੈਂਦੇ ਆ। ਗੁਰਦੁਆਰੇ ਬਣਾਉਣਾ ਕੋਈ ਵੱਡੀ ਕਹਾਣੀ ਨਹੀਂ, ਗੁਰਦੁਆਰੇ ਹੋਏ ਸੋਝੀ, ਸੋਝੀ ਆਉਣੀ ਜ਼ਰੂਰੀ ਆ। ਜੇ ਸੋਝੀ ਨਹੀਂ ਆਈ, ਆ ਮੇਰੇ ਸਾਥੀ ਨੇ ਚਿੱਟੇ ਦਾੜੇ ਹੋ ਗਏ, ਅਸੀਂ ਇਸ ਉਮਰ ਦੇ ਇਕੱਠੇ ਹੁੰਦੇ ਹਾਂ, 22 ਸਾਲ ਬਾਅਦ ਮੈਂ ਆਇਆ। ਅੱਖੋ ਇੱਕ ਵਾਰ ਪੈਮਾਨਾ ਕਿਤੇ ਗੁਰੂ ਲਾ ਕੇ ਵੇਖੇ, ਜਿੱਥੇ 22 ਸਾਲ ਪਹਿਲੋਂ ਖਲੋਤੇ ਸਾਂ, ਅੱਜ ਵੀ ਉੱਥੇ ਖਲੋਤੇ ਹਾਂ, ਕੋਈ ਝੂਠ ਨਹੀਂ ਬੋਲਿਆ ਜੀ, ਜਿੱਥੇ ਉੱਥੇ ਖਲੋਤੇ ਹੈ, ਇੱਕ ਕਦਮ ਨਹੀਂ ਅੱਗੇ ਤੁਰੇ। ਨਿੰਦਾ ਨਹੀਂ ਹਟੀ, ਚੁਗਲੀ ਨਹੀਂ ਹਟੀ, ਦਵੈਤ ਨਹੀਂ ਹਟੀ, ਈਰਖਾ ਨਹੀਂ ਹਟੀ। ਗੁਰੂ ਕਹਿੰਦਾ ਮੈਂ ਇਹ ਕੱਢ ਸਕਦਾ ਤੇਰੇ ਦਿਮਾਗ ਵਿੱਚੋਂ। ਹਾਜ਼ਰ ਹੋ ਨਾ, ਸੁਣ ਰਹੇ ਹੋ ਨਾ ਗੁਰੂ ਕੇ ਸਿੱਖੋ, ਮੈਂ ਤੇਰੇ ਦਿਮਾਗ ਵਿੱਚੋਂ ਇਹ ਗੰਦ ਕੱਢ ਸਕਦਾ, ਮਗਰ ਉਹਦੀ ਸ਼ਰਤ ਆ ਜੇ ਇੱਕ ਗੁਰ ਕੀ ਸਿੱਖਿਆ ਸੁਣੇ ਤੇ। ਭੱਜਾ ਭੱਜਾ ਆਇਆ ਸੀ ਘੋੜੇ 'ਤੇ ਕੋਈ, ਅੱਗੇ ਉਹ ਬੜੇ ਪਿਆਰ ਨਾਲ ਪੁੱਛਦਾ ਸੀ, ਭਾਅ ਜੀ ਤੁਹਾਡਾ ਕੀ ਹਾਲ ਚਾਲ ਆ, ਰੋਟੀ ਬੜੀ ਪਿਆਰ ਨਾਲ ਫੜਾਉਂਦਾ ਸੀ। ਅੱਜ ਦੂਰੋਂ ਹੀ ਐਂ ਕਰਕੇ ਉਹਨੇ ਰੋਟੀ ਉਹਦੀ ਕੁਟੀਆ 'ਚ ਸੁੱਟੀ, ਅਤੇ ਉਹ ਜਿਹਦੀ ਕੁਟੀਆ 'ਚ ਰੋਟੀ ਸੁੱਟੀ, ਉਹ ਕੋਹੜਾ ਸੀ, ਉਹਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਹੜ ਪਿਆ ਸੀ। ਜਿਹਦੀ ਕੁਟੀਆ ਵਿੱਚ ਰੋਟੀ ਸੁੱਟੀ, ਪਤਾ ਲੱਗਿਆ ਜੀ ਇੱਥੋਂ ਤੱਕ, ਜਿਹਦੀ ਕੁਟੀਆ 'ਚ ਰੋਟੀ ਸੁੱਟੀ ਉਹ ਕੀ ਸੀ? ਕੋਹੜਾ ਸੀ, ਪੈਰਾਂ ਤੋਂ ਲੈ ਕੇ ਸਿਰ ਤੱਕ ਗਲਿਆ ਪਿਆ। ਉਹਨੇ ਆਖਿਆ ਉਹ ਭਲਿਆ ਪੁਰਸ਼ਾ, ਅੱਗੇ ਤੋਂ ਰੋਜ਼ ਮੈਨੂੰ ਰੋਟੀ ਦੇਣ ਆਉਣਾ ਹੈ, ਮੇਰਾ ਹਾਲ ਚਾਲ ਪੁੱਛਦਾ ਸੈਂ, ਅੱਜ ਤੈਨੂੰ ਕਾਹਦੀ ਕਾਹਲੀ ਆ, ਦੂਰੋਂ ਆਇਆ ਭਾਂ ਕੇ ਰੋਟੀ ਸੁੱਟੀ, ਤੂੰ ਕਹਿੰਦਾ ਛੇਤੀ ਕਰ, ਆਹ ਰੋਟੀ ਫੜ ਲਾ ਖਾ ਲਈ, ਮੈਨੂੰ ਜਲਦੀ ਕਾਹਦੀ ਜਾਂਦੀ ਆ। ਘੋੜੇ ਵਾਲੇ ਨੇ ਆਖਿਆ ਅੱਜ ਮੈਂ ਇੱਕ ਮਿੰਟ ਨਹੀਂ ਖਲੋ ਸਕਦਾ। ਘੋੜੇ ਨੇ ਆਖਿਆ ਗੱਲ ਕੀ ਆ? ਕਹਿੰਦੇ ਅੱਜ ਸਾਡੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਨੇ ਆਉਣਾ ਹੈ। ਆਖੋ ਮੀਰੀ ਪੀਰੀ ਦੇ ਮਾਲਕ ਗੁਰੂ, ਸੋਹਣੀ ਤਰ੍ਹਾਂ ਚੌਂਕੜੇ ਮਾਰ ਕੇ ਬੈਠੋ, ਹਾਜ਼ਰ ਰਹੋ, ਮੈਨੂੰ ਪਤਾ ਹੈ ਸਰੀਰ ਵਿੱਚ ਰਹਿਣਾ ਬੜਾ ਔਖਾ ਹੈ, ਕੋਈ ਝੂਠ ਨਹੀਂ ਬੋਲ ਰਿਹਾ ਜੀ, ਇਹਦੇ ਵਿੱਚ ਬਹਿਣਾ ਔਖਾ ਹੈ ਨਾ ਭੈਣਾ, ਤੁਸੀਂ ਵੀ ਬੋਲੋ, ਸਰੀਰ ਇੱਥੇ ਬੈਠਾ ਅਤੇ ਸੋਚਣ ਨਹੁੰ ਬਾਰੇ ਲਈ, ਕੋਈ ਝੂਠ ਨਹੀਂ, ਸਰੀਰ ਇੱਥੇ ਬੈਠਾ ਤੇ ਸੋਚਣ ਕੰਮ ਕਾਰ ਬਾਰੇ ਲਿਆ, ਵੀ ਅੱਜ ਕੰਮ ਕਰਨਾ, ਕੱਲ੍ਹ ਕਰਨਾ, ਆਹ ਕੰਮ ਰਹਿ ਗਿਆ, ਗੱਲਾਂ ਵਿੱਚ ਹੀ ਹੋਣ ਡਈਆਂ। ਬੜੀ ਚੰਗੀ ਕਹਾਣੀ ਹੋਵੇ ਜੇ ਤੁਸੀਂ ਇਸ ਵੇਲੇ ਕੇਵਲ ਸੁਣਨ ਲਈ ਬਹਿ ਜਾਓ ਤੇ, ਅੱਜ ਸਾਡੇ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਾਨ ਵੱਡ ਜੋਦਾ ਬੋ ਪਾਰੇ ਉਪਕਾਰੀ, ਵੱਡ ਜੋਦਾ ਬੋ ਪਾਰੇ ਉਪਕਾਰੀ, ਵੱਡ ਜੋਦਾ ਬੋ ਪਾਰੇ ਉਪਕਾਰੀ, ਵੱਡ ਜੋਦਾ ਬੋ ਪਾਰੇ ਉਪਕਾਰੀ।
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਅੰਦਰੋਂ ਜੁੜ ਜਾਓ ਗੁਰੂ ਅਰਜਨ ਸਾਹਿਬ ਨੂੰ ਵੇਖੋ, ਦਲ ਪੰਜਨ ਗੁਰ ਸੂਰਮਾ। ਆਪ ਜੀ ਦੇ ਗਿਆਤ ਨਹੀਂ ਕਹਿਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕੱਦ 7.5 ਫੁੱਟ ਉੱਚਾ ਹੈ। ਇਤਿਹਾਸ ਪੜ੍ਹਿਆ ਜੇ ਕਿ ਨਹੀਂ ਗੁਰੂ ਕਿਸੇ ਕੋਲ, ਕਿੰਨਾ 7.5 ਫੁੱਟ ਉੱਚਾ ਗੁਰੂ ਹਰਗੋਬਿੰਦ ਸਾਹਿਬ ਦਾ ਆਖੋ ਵਾਹਿਗੁਰੂ ਬੈਠ ਕੇ ਬੋਲੋ ਨਾ ਵਾਹਿਗੁਰੂ। ਇੱਥੇ ਤੁਹਾਡੇ ਕੈਂਡੀ ਏਅਰਪੋਰਟ ਹੈ ਜਿਹੜਾ, ਇੱਥੇ ਮੈਂ ਇੱਕ ਵਾਰ ਚੜ੍ਹਨ ਲੱਗਾ ਸਾਂ ਇੰਡੀਆ ਨੂੰ ਜਾਣ ਲਈ, ਇੱਕ ਕਾਲਾ ਅਫਸਰ ਮੈਂ ਵੇਖਿਆ ਬਹੁਤ ਉੱਚਾ, ਮੈਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਉਹਦੀ ਵੀ ਛਾਤੀ ਐਡੀ ਚੌੜੀ ਸੀ ਕਾਲੇ ਦੀ ਵੀ। ਮੈਂ ਇੱਕ ਭੈਣ ਮੇਰੇ ਨਾਲ ਇੰਡੀਆ ਚੱਲੀ ਸੀ, ਮੈਂ ਉਹਨੂੰ ਕਿਹਾ ਪੁੱਤ ਇਹਨੂੰ ਪੁੱਛੋ ਭਲਾ ਇਹਦਾ ਕੱਦ ਕਿੱਡਾ ਹੈ ਕਾਲੇ ਦਾ, ਪਕੜ ਰਹੇ ਹੋ ਨਾ, ਆਖੋ ਵਾਹਿਗੁਰੂ। ਅਤੇ ਉਹਨੇ ਕਾਲੇ ਨੇ ਉਹਨੂੰ ਕਿਹਾ ਵੀ 7.5 ਫੁੱਟ ਉੱਚਾ ਮੇਰਾ ਕੱਦ ਆ। ਮੈਂ ਬੜੀ ਸ਼ਰਧਾ ਭਾਵਨਾ ਨਾਲ ਉਹਦੇ ਵੱਲ ਵੇਖ ਕੇ ਸਿਰ ਨਵਾਇਆ, ਚੱਲ ਮੈਂ ਇੰਨਾ ਤਾਂ ਜ ਵੇਖਿਆ ਵੀ ਐਡਾ ਉੱਚਾ ਹੋਊਗਾ ਮੇਰਾ ਸਤਿਗੁਰੂ, ਕਰਦਾਰ ਤਾਂ ਨਹੀਂ ਤੇਰਾ ਉੱਡੇ ਉੱਡਾ ਹੋ ਸਕਦਾ, ਤੇਰਾ ਕਰੈਕਟਰ ਤੇਰਾ ਕਰਦਾਰ ਤਾਂ ਨਹੀਂ ਉੱਡਾ ਉੱਚਾ ਹੋ ਸਕਦਾ। ਕੱਦ ਕਰਕੇ ਮੈਂ ਅੱਜ ਪਹਿਲੀ ਵਾਰ ਵੇਖਿਆ ਵੀ ਗੁਰੂ ਕਿੱਡਾ ਉੱਚਾ ਹੋਊ ਅਤੇ ਕਿੱਡਾ ਜਵਾਨ ਹੋਊ। ਆਖੋ ਵਾਹਿਗੁਰੂ। ਉਹ ਕਾਲਾ ਪੁੱਛਦਾ ਸੀ ਬੱਚੀ ਨੂੰ, ਜਿਹਨੇ ਮੈਨੂੰ ਅੰਗਰੇਜ਼ੀ 'ਚ ਉਹਨੂੰ ਪੁੱਛ ਕੇ ਦੱਸਿਆ ਵੀ ਇਹਨੇ ਮੈਨੂੰ ਕਿਉਂ ਪੁੱਛਿਆ ਇਸ ਤਰ੍ਹਾਂ, ਆਖੋ ਵਾਹਿਗੁਰੂ। ਉਹ ਬੱਚੀ ਪੁੱਛਦੀ ਵੀ ਖਾਲਸਾ ਜੀ ਪੁੱਛਦੇ ਨੇ ਵੀ ਕਿਉਂ ਮੈਨੂੰ ਪੁੱਛਿਆ ਤੁਸੀਂ ਵੀ ਤੁਹਾਡਾ ਕੱਦ ਕਿੰਨਾ ਹੈ। ਮੈਂ ਉਹਨੂੰ ਪੁੱਛਿਆ ਸਾਡਾ ਸਤਿਗੁਰੂ ਹੈ 6ਵਾਂ, ਜਿਹਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਹੈ। ਇਤਿਹਾਸ ਵਿੱਚ ਅਸੀਂ ਪੜ੍ਹਿਆ ਅਤੇ ਸੁਣਿਆ ਵੀ ਉਹਨਾਂ ਦਾ ਕੱਦ, ਬੋਲੋ ਆਪਣੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਤਾਂ ਕਰ ਲਓ ਗੁਰੂ ਕੇ ਸਿੱਖੋ। ਮਾਇਆਧਾਰੀਆਂ ਬਾਰੇ ਬੜਾ ਸੁਣਿਆ ਜੇ, ਬੇਈਮਾਨਾਂ ਚੀਟਰਾਂ ਲੋਕਾਂ ਲਈ ਬੜਾ ਸੁਣਿਆ ਜੇ ਕਿਤੇ, ਗੁਰੂ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸੁਣੋ। ਅਤੇ ਸਰੀਰ ਦਾ ਭਾਰ ਸੀ 6.5 ਮਣ, ਅੱਗੇ ਸੁਣਿਆ ਜੇ ਕਿ ਨਹੀਂ ਇਤਿਹਾਸ, ਨਹੀਂ ਆਖੋ, ਆਖੋ ਵਾਹਿਗੁਰੂ। 6.5 ਮਣ ਇਤਨਾ ਲਿਖਿਆ ਸੂਰਜ ਪ੍ਰਕਾਸ਼ ਵਾਲੇ ਨੇ, ਆਖੋ ਵਾਹਿਗੁਰੂ। ਇੱਕ ਘੋੜਾ ਜਿਹੜਾ ਸੀ ਨਾ ਗੁਲਬਾਗ ਤੇ ਦੁਲਬਾਗ, ਦੋ ਘੋੜੇ ਸੀ ਗੁਰੂ ਹਰਗੋਬਿੰਦ ਸਾਹਿਬ ਦੇ। ਇੱਕ ਘੋੜਾ ਜਿੱਥੇ ਸਵੇਰੇ 6 ਵਜੇ ਚੜ੍ਹਦੇ ਸੀ, ਉਹ 12 ਵਜੇ ਬੱਸ ਕਰ ਜਾਂਦਾ ਸੀ, ਕਹਿੰਦਾ ਨਹੀਂ ਹੁਣ ਨਹੀਂ ਮੈਂ ਅੱਗੇ ਤੁਰ ਸਕਦਾ ਇੰਨਾ ਭਾਰ ਚੁੱਕ ਕੇ। ਅਤੇ ਫਿਰ ਦਿਲਬਾਗ ਦੀ ਵਾਰੀ ਆਉਂਦੀ ਸੀ, ਸੁਣ ਰਿਹਾ ਉਹਨਾਂ ਤੇ ਕਿਤਨਾ, ਫਿਰ ਦੂਸਰੇ ਘੋੜੇ 'ਤੇ ਬਹਿੰਦੇ ਸੀ ਮਹਾਰਾਜ ਜਦੋਂ ਕਦੀ ਜੰਗ ਕਰਨੀ ਹੁੰਦੀ ਸੀ। ਐਡੇ ਪਰਉਪਕਾਰੀ ਸਤਿਗੁਰੂ ਜੀ ਅੱਜ ਉਸ ਨਗਰ ਵਿੱਚ ਆਏ, ਬਾਬਾ ਬੁੱਢਾ ਸਾਹਿਬ ਨਾਲ ਨੇ, ਭਾਈ ਗੁਰਦਾਸ ਜੀ ਨਾਲ ਨੇ, ਆਖੋ ਵਾਹਿਗੁਰੂ। ਭਾਈ ਵਿਧੀਆ ਨਾਲ ਹੈ, ਭਾਈ ਵਿਧੀ ਚੰਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਪਿੰਡ ਦੇ ਬਾਹਰ ਬਾਰੀ ਖਲੋਤੇ ਸੀ, ਆਖੋ ਵਾਹਿਗੁਰੂ। ਅਤੇ ਸਾਰਾ ਨਗਰ ਕੋਈ ਚਾਦਰਾਂ ਲੈ ਕੇ, ਕੋਈ ਪੈਸੇ ਲੈ ਕੇ, ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਲੈ ਕੇ, ਸਾਰਾ ਨਗਰ ਉਹਨਾਂ ਦੀ ਇੰਤਜ਼ਾਰ ਕਰ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਨਗਰ ਵਿੱਚ ਪਹੁੰਚੇ, ਆਖੋ ਵਾਹਿਗੁਰੂ, ਅਤੇ ਘੋੜੇ ਤੋਂ ਉਤਰੇ, ਸਾਰੀ ਸੰਗਤ ਨੂੰ ਦਰਸ਼ਨ ਦਦਾਰ ਬਖਸ਼ ਕੇ ਉਸੇ ਵੇਲੇ ਆਖਿਆ ਤੁਸੀਂ ਇੱਥੇ ਬਹਿ ਕੇ ਜਾਪ ਕਰੋ, ਵਾਹਿਗੁਰੂ ਦਾ ਅਸੀਂ ਆਉਂਦੇ ਹਾਂ, ਧਿਆਨ ਦੇਣਾ ਜੀ, ਤੁਸੀਂ ਵਾਹਿਗੁਰੂ ਦਾ ਅਸੀਂ ਆਉਂਦੇ ਹਾਂ। ਸਾਰੇ ਲੋਕ ਹੈਰਾਨ ਸੀ, ਆਖਿਰ ਕਿੱਥੇ ਗਏ ਉਹ ਘੋੜੇ, ਜਿਹੜਾ ਕੋੜਾ ਸੀ ਨਾ ਕੋੜਾ, ਜਦੋਂ ਉਹਨੂੰ ਕਿਹਾ ਸੀ ਨਾ ਮੈਂ ਰੋਟੀ ਸੁੱਟ ਕੇ ਤਾਂ ਚੱਲਿਆ ਵੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਨੇ,
ਤੇ ਕੋਹੜੇ ਦੇ ਅੰਦਰੋਂ ਇਹ ਅਰਦਾਸ ਉੱਠੀ ਸੀ ਵੀ ਮੈਂ ਤਾਂ ਤੁਰ ਵੀ ਨਹੀਂ ਸਕਦਾ, ਮੈਂ ਕਿਸ ਤਰ੍ਹਾਂ ਦੇਖੂੰ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਿਹੜੀਆਂ ਅੰਦਰ ਦੀਆਂ ਉਹਨੇ ਕਹੀਆਂ ਨਾ ਵੀ ਮੈਂ ਤੇ ਮਹਾਰਾਜ ਆ ਨਹੀਂ ਸਕਦਾ ਤੁਹਾਡੇ ਕੋਲ। ਇਹ ਕਰਮਾਂ ਵਾਲੇ ਆ ਜਿਹਨਾਂ ਨੇ ਤੇਰਾ ਦੀਦਾਰ ਕਰਨਾ, ਮੈਂ ਕੁੜੀਆਂ ਦੇ ਵਿੱਚੋਂ ਬੋੜਾ ਬਾਹਰ ਵੀ ਨਹੀਂ ਹੋ ਸਕਦਾ, ਮੈਂ ਤੇ ਤੇਰੇ ਦਰਸ਼ਨ ਤੋਂ ਵਾਂਝਾ ਰਹਿ ਗਿਆ। ਅੰਦਰ ਦੀਆਂ ਜਾਣਨ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੇ ਲੰਗਰ ਵਾਲਿਆਂ ਨੂੰ ਕਹਿੰਦੇ ਇੱਥੇ ਜਾਪ ਕਰੋ, ਅਸੀਂ ਆਏ ਇੱਕ ਮਿੰਟ ਵਿੱਚ। ਘੋੜੇ 'ਤੇ ਚੜ੍ਹੇ, ਉਹਦੀ ਕੁੜੀ ਆ ਕੇ ਆ ਗਏ। ਇਹ ਮੇਰਾ ਇਤਿਹਾਸ ਹੈ, ਪੜ੍ਹ ਕੇ ਵੇਖਿਓ ਅੱਖੋ ਵੇਖੋ, ਗੱਜ ਕੇ ਬੋਲੋ ਨਾ। ਉਹਦੀ ਕੁੜੀ ਆ, ਚੌਂਕੜੇ ਮਾਰ ਦਿਓ ਜੀ ਇੱਕ ਮਿੰਟ ਲਈ, ਚੌਂਕੜੇ ਮਾਰ ਸਕਦੇ ਹੋ। ਗੱਲ ਫਿਰ ਉੱਥੇ ਆਉਂਦੀ, ਤੁਸੀਂ ਕਹੋਗੇ ਪਤਾ ਨਹੀਂ ਬੜਬੋਲਾ ਪ੍ਰਚਾਰ ਕਿਆ, ਬੜਬੋਲਾ ਨਹੀਂ, ਜਦੋਂ ਆਪਾਂ ਇਸ ਤਰ੍ਹਾਂ ਬੈਠੇ ਹੋਈਏ ਨਾ ਇਸ ਤਰ੍ਹਾਂ, ਤੇ ਸੁਰਤ ਕਦੀ ਟੇਲੀ ਨਹੀਂ ਸਕਦੇ। ਇਸ ਤਰ੍ਹਾਂ ਬੈਠੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਅੱਗੇ ਕੀ ਕਿਉਂ ਲਿਖਿਆ, ਕਿਉਂ ਲਿਖਿਆ ਜੀ ਗੁਰੂ ਕੇ ਸਿੱਖੋ, ਦੱਸੋ ਵੀ ਜਦੋਂ ਪਰਮੇਸ਼ਵਰ ਦੀ ਉਸਤਤ ਕਰਨ ਬਹਿਣਾ ਹੈ, ਸਾਵਧਾਨ ਬਹਿਣਾ ਹੈ ਤੇ ਇਕਾਗਰ ਚਿੱਤ ਹੋ ਕੇ ਬਹਿਣਾ ਹੈ। ਫਿਰ ਤੁਸੀਂ ਲਾਹਵੇ ਦਿੰਦੇ ਹੋ ਜੀ ਮੈਂ ਗੁਰਦੁਆਰੇ ਜਾਂਦੇ ਮੈਨੂੰ ਨਹੁੰ ਨਹੀਂ ਚੰਗੀ ਮਿਲੀ, ਅੱਖੋ ਵੇਖ ਲਓ। ਮੈਂ ਗੁਰਦੁਆਰੇ ਜਾਂਦੇ ਮੈਨੂੰ ਪੁੱਤ ਨਹੀਂ ਮਿਲਿਆ, ਮੈਨੂੰ ਧੀ ਮਿਲੀ। ਸਿੱਖਾਂ ਮਿਲਦਾ ਤੇ ਇੱਥੋਂ ਹੀ ਆ ਸਭ ਕੁਛ, ਅੱਖ ਵੇਖ ਲਓ। ਤੂੰ ਭਾਂਡਾ ਨਹੀਂ ਟਿਕਾ ਕੇ ਰੱਖਿਆ ਅੱਗੇ ਉਹਦੇ, ਮਿਲਦਾ ਤੇ ਇੱਥੋਂ ਹੀ ਆ ਸਭ ਕੁਛ। ਗੁਰੂ ਸਾਡੀਆਂ ਚਾਰ ਚੀਜ਼ਾਂ ਵੇਖਦਾ ਜੀ ਹਾਜ਼ਰੇ ਹੋ, ਕਿਹੜੀਆਂ ਕਿਹੜੀਆਂ ਪਤਾ ਜੇ? ਰਹਿਣੀ, ਬੋਲੋ ਹੁੰਦਾ, ਕਹਿਣੀ, ਬਹਿਣੀ ਤੇ ਸਹਿਣੀ। ਰਿਪੀਟ ਕਰ ਲੋਗੇ? ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ। ਇਹ ਚਾਰ ਚੀਜ਼ਾਂ ਗੁਰੂ ਸਾਡੀਆਂ ਚੈੱਕ ਕਰਦਾ ਹੈ ਵੀ ਕਿਤੇ ਸੰਗਤ ਵਿੱਚ ਆਇਆ, ਤੁਰੇ ਤੁਰੇ ਜਾਂਦੇ ਹਾਂ ਲੰਗਰ 'ਚ, ਇਹਨੂੰ ਕਿਸੇ ਨੇ ਕੋਈ ਕਾਲਾ ਬਚਨ ਬੋਲਤਾ ਹੈ, ਧਿਆਨ ਦਿਓ, ਇਹਨੂੰ ਕਿਸੇ ਨੇ ਉੱਚੀ ਉੱਚੀ ਬੋਲੋ ਤੇ ਇਹਨੇ ਕਿਤਨਾ ਸਿਹਾ ਹੈ ਭਲਾ ਉਹਨੂੰ, ਇਹ ਵੀ ਵੇਖਦਾ ਹੈ ਗੁਰੂ ਵੀ ਆਇਆ ਤਾਂ ਸੰਗਤ ਵਿੱਚ ਆ ਤੇ ਕਿਸੇ ਦਾ ਪੈਰ ਤੇ ਪੈਰ ਆ ਗਿਆ, ਭਲਾ ਇਹ ਸਹਿਰੀ ਦਾ ਹੈ, ਪਕੜ ਰਹੇ ਹੋ? ਭਲਾ ਇਹ ਇਸ ਗੱਲ ਨੂੰ ਸਹਿਰੇ ਨੇ ਆਖਿਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਪੁੱਤ, ਕੋਈ ਗੱਲ ਨਹੀਂ, ਪੈਰ ਆ ਗਿਆ। ਤੇ ਇੱਕ ਸਿੱਖ ਦੀ ਸੰਗਤ ਵਿੱਚ ਡਿਊਟੀ ਆ ਬਹਿਣੀ, ਸਿੱਖ ਸੰਗਤ ਵਿੱਚ ਬਹਿੰਦਾ ਕਿਸ ਤਰ੍ਹਾਂ ਹੈ, ਸਾਰਾ ਕੁਝ ਗੁਆਚ ਗਿਆ ਨਾ ਸਾਡੇ ਕੋਲੋਂ, ਆਖੋ ਵਾਹਿਗੁਰੂ, ਗੱਲ ਕੇ ਬੋਲੋ। ਅੱਜ ਇਹਨਾਂ ਗੁਰਦੁਆਰਿਆਂ 'ਚ ਮੈਂ ਆਇਆ, ਉਹ ਅਮੀਰ ਇਲਾਕਾ ਜਿਹਨਾਂ ਨੂੰ ਕਹਿੰਦੇ ਹੋ ਤੁਸੀਂ, ਉੱਥੇ ਸਾਰੇ ਪਿੱਛੇ ਇਤਨਾ ਢੋ ਲਾ ਕੇ ਬੈਠੇ, ਉਹ ਭਾਗਾਂ ਵਾਲੇ, ਉਹ ਅਮੀਰਾਂ ਦਾ ਅਮੀਰ ਸਾਹਮਣੇ ਪ੍ਰਕਾਸ਼ਮਾਨ ਹੈ, ਰਾਜਿਆਂ ਦਾ ਰਾਜਾ ਸਾਹਮਣੇ ਪ੍ਰਕਾਸ਼ਮਾਨ ਆ, ਇੱਕ ਡੀਸੀ ਦੇ ਸਾਹਮਣੇ ਤੁਸੀਂ ਇਸ ਤਰ੍ਹਾਂ ਨਹੀਂ ਬਹਿੰਦੇ ਕਿ ਬਹਿੰਦੇ ਹੋ? ਕੋਈ ਡੀਸੀ ਦੇ ਦਫ਼ਤਰ ਵਿੱਚ ਜਾ ਕੇ ਇਸ ਤਰ੍ਹਾਂ ਬਹਿੰਦਾ ਜੀ? ਹਾਜ਼ਰ ਹੁੰਦਾ ਵੀ ਡੀਸੀ ਸਾਹਿਬ ਨੇ ਪਤਾ ਨਹੀਂ ਕਦੋਂ ਆਵਾਜ਼ ਮਾਰ ਲੈਣੀ ਆ, ਡੀਸੀ ਸਾਹਿਬ ਵੇਖ ਕੇ ਇਹ ਨਾ ਆਖੇ ਯਾਰ ਤੂੰ ਵਿੱਚ ਬੈਠਾ ਕਿਤਨਾ ਹੈ। ਇੱਕ ਡੀਸੀ ਦਾ ਡਰ ਆ, ਇੱਕ ਗੁਰੂ ਦਾ ਡਰ ਨਹੀਂ ਸਾਡੀਆਂ ਨਜ਼ਰਾਂ 'ਚ ਰਹਿ ਗਿਆ। ਰਹਿਣੀ, ਬਹਿਣੀ ਤੇ ਕਹਿਣੀ, ਜੇ ਕਿਸੇ ਨੇ ਕੁਝ ਬੋਲ ਦਿੰਦਾ ਹੈ ਤੇ ਅੱਗੋਂ ਕਿਹਾ ਕੀ ਆ, ਸੋਹਣਾ ਬੋਲ ਹੀ ਬੋਲਿਆ, ਕੋਈ ਗੱਲ ਨਹੀਂ। ਜੇ ਕਿਸੇ ਨੇ ਕੋਈ ਵਚਨ ਬੋਲਤਾ ਹੈ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਬਾਬੇ ਫਰੀਦ ਦਾ ਇੱਕ ਵਚਨ ਹੈ, ਇੱਕ ਫਿੱਕਾ ਨਾ ਗਲਾਏ, ਬੋਲੋ ਬੋਲਾ, ਇੱਕ ਫਿੱਕਾ ਨਾ ਗਲਾਏ, ਸਭ ਨਾਮ ਹੈ ਸੱਚਾ ਧਨੀ। ਇੱਕ ਵੀ ਫਿੱਕਾ ਬੋਲਣਾ ਬੋਲੀ, ਜਿਹਨੂੰ ਤੂੰ ਬੋਲ ਲੱਗਣ ਲੱਗਾ ਹੈ, ਪਹਿਲੋਂ ਇਹ ਸੋਚ ਲਈ ਉਹਦੇ 'ਚ ਵੀ ਰੱਬ ਬੈਠਾ ਹੈ, ਨਹੀਂ ਪਤਾ ਲੱਗਾ, ਜਿਹਨੂੰ ਤੂੰ ਬੋਲਣ ਲੱਗਾ ਉਹਦੇ ਵਿੱਚ ਵੀ ਰੱਬ ਬੈਠਾ। ਇੱਕ ਗਲਾਏ ਸਭਨਾ ਮੈਂ,
ਜੇ ਤੋ ਪ੍ਰਿਆ ਦੀ ਸਿੱਕ ਪ੍ਰਿਆ ਮਣੇ ਆ ਚਸ਼ਮੇ ਵਾਲੇ ਵੀਰ ਜੀ ਦੱਸੋ ਪ੍ਰਿਆ ਮਣੇ ਨਹੀਂ ਪ੍ਰਿਆ ਮਣੇ ਪਤੀ ਪਰਮੇਸ਼ਰ ਸਿੱਕ ਮਣੇ ਤਾਂਗ ਜੇ ਤੈਨੂੰ ਪਤੀ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਤਾਂ ਹਿਆਓ ਨਾ ਠਾਹੇ ਕਹੀ ਦਾ ਹਿਆਓ ਮਣੇ ਹਿਰਦਾ ਜੇ ਰੱਬ ਨੂੰ ਮਿਲਣਾ ਤੇ ਬੰਦਿਆ ਕਿਸੇ ਦਾ ਹਿਰਦਾ ਨਾ ਦੁਖਾਈ ਮਗਰ ਸਾਡੇ ਕੋਲ ਤਾਂ ਭਾਈ ਜੀ ਹੁਣ ਹਥਿਆਰ ਹੀ ਇਹ ਹੈਗੇ ਨੇ ਇੱਕ ਦੂਸਰੇ ਵੱਲ ਵੇਖ ਕੇ ਮੁੱਛਾਂ ਮਰੋੜਨੀਆਂ ਇੱਕ ਦੂਸਰੇ ਵੱਲ ਵੇਖ ਕੇ ਤੰਜ ਕੱਸਣੇ ਇਹੋ ਕੁਝ ਹੀ ਰਹਿ ਗਿਆ ਜੀ ਬੋਲੋ ਆਖੋ ਵਾਹਿਗੁਰੂ ਗੱਲ ਕੀ ਬੋਲੋ ਨਾ ਵਾਹਿਗੁਰੂ ਸਾਹਿਬ ਜੀ ਦਾ ਵਚਨ ਕਰ ਰਿਹਾ ਸਾ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਤਿੰਨ ਚੀਜ਼ਾਂ ਹੋਰ ਦੇਖਦਾ ਹੈ ਆਖੋ ਵਾਹਿਗੁਰੂ ਦਸਤਾਰ ਦਸਤਾਰ ਸਿੱਖ ਗੁਰਦੁਆਰੇ ਦਸਤਾਰ ਕਿਸ ਤਰ੍ਹਾਂ ਦੀ ਸਜਾ ਕੇ ਆਇਆ ਗੁਫਤਾਰ ਗੁਫਤਗੂ ਕਿਸ ਤਰ੍ਹਾਂ ਦੀ ਬੋਲਦਾ ਹੈ ਤੇ ਰਫਤਾਰ ਤੁਰਦਾ ਕਿਸ ਤਰ੍ਹਾਂ ਹੈ ਕੀਤਾ ਜੀ ਇਹਨਾਂ ਗੱਲਾਂ ਦਾ ਇਹ ਸਾਰੀਆਂ ਚੀਜ਼ਾਂ ਗੁਰੂ ਵੇਖਦਾ ਜੇ ਫਿਰ ਅਸੀਂ ਕਹਿੰਦੇ ਅਸੀਂ ਗੁਰਦੁਆਰੇ ਜਾਂਦੇ ਹਾਂ ਜੀ ਸਾਨੂੰ ਮਿਲਿਆ ਨਹੀਂ ਉਹ ਭਾਗਾਂ ਵਾਲਿਆ ਕਸਵੱਟੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਹੋਏ ਇੱਥੇ ਝੂਠਿਆਂ ਨੂੰ ਥੋੜ੍ਹਾ ਜਿਸ ਤਰ੍ਹਾਂ ਦਾ ਮਰਜ਼ੀ ਤੁਰਿਆ ਉਹ ਤੇ ਗੁਰੂ ਦੀ ਪਰਵਾਹ ਹੀ ਨਾ ਕਰੋ ਗੁਰੂ ਦੀ ਪਰਵਾਹ ਮੇਰੀ ਉਹ ਬੱਚੀ ਉਹ ਕਰਨੀ ਪੈਣੀ ਸਿਰ ਤੇ ਕੱਪੜਾ ਰੱਖਣਾ ਪੈਣਾ ਹੈ ਸਤਿਕਾਰ ਨਾਲ ਕੱਪੜੇ ਇਸ ਤਰ੍ਹਾਂ ਦੇ ਪਾ ਕੇ ਗੁਰੂ ਦੇ ਕੋਲ ਆਉਣਾ ਵਾ ਮੈਂ ਆਪਣੇ ਪਿਓ ਦੇ ਮੱਥੇ ਲੱਗਣ ਲੱਗੀ ਹਾਂ ਕੀ ਜੀ ਬੋਲੋ ਆਪਣੇ ਬਾਪ ਦੇ ਮੱਥੇ ਲੱਗਣ ਲੱਗੀ ਹਾਂ ਮੈਂ ਮੇਰਾ ਬਾਪ ਹੈ ਗੁਰੂ ਗ੍ਰੰਥ ਸਾਹਿਬ ਜੀ ਤੂੰ ਮੇਰਾ ਪਿਤਾ ਤੇ ਇੱਥੇ ਆਵਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆ ਗਏ ਉਸ ਕੋੜੀ ਦੇ ਬੂਹੇ ਅੱਗੇ ਆਵਾਜ਼ ਮਾਰੀ ਭਲਿਆ ਬਾਹਰ ਅੰਦਰੋਂ ਕੋੜੀ ਨੇ ਕਿਹਾ ਹਾਏ ਕੌਣ ਆ ਗੁਰੂ ਅਰਜਨ ਸਾਹਿਬ ਨੇ ਅੱਗੋਂ ਆਵਾਜ਼ ਦੇ ਕੇ ਕਿਹਾ ਜਿਹਨੂੰ ਯਾਦ ਕਰਦਾ ਸੈਂ ਜਿਹਨੂੰ ਤੂੰ ਕਹਿੰਦਾ ਸੈਂ ਮੈਂ ਨਹੀਂ ਆ ਸਕਦਾ ਤੂੰ ਨਹੀਂ ਸੀ ਆ ਸਕਦਾ ਤੇ ਮੈਂ ਆ ਗਿਆ ਆ ਹੁਣ ਬਾਹਰ ਆਣ ਕੇ ਮੈਨੂੰ ਮਿਲ ਆਖੋ ਵਾਹਿਗੁਰੂ ਕੋੜਾ ਕਹਿਣ ਲੱਗਾ ਗਰੀਬ ਨਵਾਜ ਮੇਰੀਆਂ ਤੇ ਆ ਅਰਕਾਂ ਵੀ ਗਲੀਆਂ ਨੇ ਜੇ ਮੈਂ ਅਰਕਾਂ ਦੇ ਭਾਰ ਧੋ ਸਕਦਾ ਹੁੰਦਾ ਤੇ ਮੈਂ ਤੁਹਾਡੇ ਤੱਕ ਆਉਂਦਾ ਮੇਰੀਆਂ ਅਰਕਾਂ ਵੀ ਗਲੀਆਂ ਮੇਰੇ ਗੋਡੇ ਵੀ ਗਲੇ ਮੇਰਾ ਸਾਰਾ ਸਰੀਰ ਗਲਿਆ ਰੋਟੀ ਸੁੱਟ ਜਾਂਦਾ ਹੈ ਕੋਈ ਮੈਂ ਖਾ ਲੈਣਾ ਸ਼ੁਕਰ ਕਰਕੇ ਇੱਥੇ ਪਿਆ ਲੈਣਾ ਲੋਕ ਪਿੰਡ ਵਾਲੇ ਮੇਰੇ ਕੋਲ ਨਹੀਂ ਆਉਂਦੇ ਕਿਉਂਕਿ ਛੂਤ ਦਾ ਰੋਗ ਲੱਗਾ ਹੈ ਮੈਨੂੰ ਛੂਤ ਤਾਂ ਸਮਝਦੇ ਹੋ ਨਾ ਜਿਹੜਾ ਇੱਕ ਤੋਂ ਦੂਸਰੇ ਨੂੰ ਲੱਗ ਜਾਂਦਾ ਮੇਰੇ ਕੋਲ ਨਹੀਂ ਕੋਈ ਮਹਾਰਾਜ ਆਉਂਦਾ ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਕਿਹਾ ਤੈਨੂੰ ਵੀ ਬਾਹਰ ਆ ਤੇ ਆਤ ਨੂੰ ਕੋਸ਼ਿਸ਼ ਕਰ ਗੁਰੂ ਦੇ ਬਚਨ 'ਚ ਇੰਨਾ ਬਲ ਸੀ ਉਹ ਥੋੜ੍ਹਾ ਬਹੁਤਾ ਬਾਹਾਂ ਦੇ ਭਾਰ ਨਾਲ ਰਿੜ ਕੇ ਬਾਹਰ ਆਇਆ ਉੱਥੇ ਇੱਕ ਛੱਪੜੀ ਆ ਜੇ ਤੁਹਾਡੇ 'ਚ ਕੋਈ ਪਟਿਆਲੇ ਵੱਲ ਦਾ ਹੋਵੇ ਆਖੋ ਵਾਹਿਗੁਰੂ ਕੋਈ ਪਟਿਆਲੇ ਕੋਲ ਦਾ ਤੁਹਾਡੇ 'ਚੋਂ ਸਿੰਘ ਬੈਠਾ ਹੋਵੇ ਭੈਣ ਬੈਠੀ ਹੋਵੇ ਜਿੱਥੇ ਅਰਵਿੰਦਰ ਸਿੰਘ ਦੇ ਮਹਿਲ ਨੇ ਨਾ ਇਸ ਪਾਸੇ ਛੜਕ ਜਾਂਦੀ ਦੱਖਣ ਵਾਲੇ ਪਾਸੇ ਨੂੰ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਕੰਗਰੌਣੀ ਸਾਹਿਬ ਜਾਂ ਜੰਡੌਣੀ ਸਾਹਿਬ ਇੱਕ ਤਰ੍ਹਾਂ ਦਾ ਉਹਦਾ ਨਾਂ ਹੈ ਦੱਸ ਨੂੰ ਪੂਰਾ ਨਹੀਂ ਯਾਦ ਆਖੋ ਵਾਹਿਗੁਰੂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਜਦੋਂ ਰਿੜ ਕੇ ਆਉਂਦਾ ਹੈ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਆ ਛੱਪੜੀ ਜੇ ਇਸ਼ਨਾਨ ਕਰ ਠੀਕ ਹੋ ਜਾਏਗਾ ਕਿਹਨੂੰ ਕਿਹਨੂੰ ਕਿਹਾ ਗੋਲੀ ਨੂੰ ਕਿਹਾ ਛੱਪੜੀ ਚ ਇਸ਼ਨਾਨ ਕਰ ਠੀਕ ਹੋ ਜਾਏਗਾ ਮਹਾਰਾਜ ਠੀਕ ਹੋ ਜੂ ਕਹਿੰਦੇ ਹਾਂ ਵਚਨ ਮਨ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਮੇਲ ਕਰਨਗੇ ਉਹਦੇ ਵਿੱਚ ਵੜਿਆ ਉੱਥੇ ਲਿਖਿਆ ਵਾ ਵੀ ਕੋੜਾ ਨੌ ਵਰਨੌਨ ਹੋ ਕੇ ਉਸ ਛੱਪੜੀ ਦੇ ਵਿੱਚੋਂ ਬਾਹਰ ਆਇਆ ਮਹਾਰਾਜ ਦੇ ਤੇ ਕੋੜ ਠੀਕ ਹੋ ਗਿਆ ਮਹਾਰਾਜ ਪਾਤਸ਼ਾਹ ਕਹਿੰਦੇ 17 ਕੋੜ ਬਾਕੀ ਨੇ ਧਿਆਨ ਦਿਓ ਸਰੀਰ ਦਾ ਤੇ ਕੋੜ ਠੀਕ ਹੋ ਗਿਆ ਹੈ ਜਿਹੜੇ ਸੁਰਤ ਨੂੰ 17 ਤਰ੍ਹਾਂ ਦੇ ਕੋੜ ਲੱਗੇ ਨੇ ਉਹ ਅਜੇ ਬਾਕੀ ਨੇ
ਪੱਖ ਵਾਹਿਗੁਰੂ ਵਾਹਿਗੁਰੂ ਮਹਾਰਾਜ 17 ਤਰ੍ਹਾਂ ਦੇ ਇੱਕ ਜਿਹੜਾ ਮੇਰੇ ਸਰੀਰ ਦਾ ਤੂਰ ਹੋ ਗਿਆ ਇਹਨੂੰ ਪਾ ਕੇ ਫਿਰ 18 ਕੋਟ ਪਏ ਨੇ। ਮਹਾਰਾਜ ਪਾਤਸ਼ਾਹ ਕਹਿੰਦੇ ਹਾਂ ਤੈਨੂੰ 18ਵਾਂ ਪਿਆ ਸੀ, ਹਰ ਪ੍ਰਾਣੀ ਨੂੰ 17 ਕੋਟ ਪਏ ਨੇ। ਜਦੋਂ ਅੱਖਾਂ ਨਾਲ ਕਿਸੇ ਦੀ ਧੀ ਦਾ ਰੂਪ ਦੇਖਦਾ ਹੈ ਕੀ ਕਿਹਾ ਭਲਾ ਬੰਦਾ ਉਸਨੇ ਬੋਲੋ, ਅੱਖਾਂ ਨਾਲ ਕਿਸੇ ਦਾ ਤੇ ਸਮਝ ਲਓ ਅੱਖਾਂ ਨੂੰ ਕੋੜ ਪਿਆ ਹੈ, ਕੰਨਾਂ ਨਾਲ ਸੁਣਦਾ ਹੈ ਨਿੰਦਾ ਸੁਣਦਾ ਹੈ ਚੁਗਲੀ ਸੁਣਦਾ ਤੇ ਸਮਝ ਲਓ ਕੰਨਾਂ ਨੂੰ ਕੋੜ ਪਿਆ ਹੈ, ਹੱਥਾਂ ਨਾਲ ਕਿਸੇ ਦਾ ਪੈਸਾ ਕਰਦਾ ਹੈ ਪੈਸਾ ਖਾਂਦਾ ਹੈ ਹੱਥਾਂ ਨਾਲ ਚੁੱਕ ਕੇ, ਹੱਥਾਂ ਨਾਲ ਚੁੱਕ ਕੇ ਕਿਸੇ ਦਾ ਬੋਲੋ। ਇੱਥੇ ਬੜੇ ਲੋਕੀ ਨੇ, ਤੁਸੀਂ ਇਹਨਾਂ ਕਹਿਣਾ ਵੀ ਆ ਸੋਹਣੇ ਸੋਹਣੇ ਸਰੂਪ ਤੁਹਾਡੇ ਗੁਰੂ ਨੂੰ ਮੁਬਾਰਕ ਨੇ, ਖੁੱਲੇ ਦਾੜੇ ਤੁਸੀਂ ਛੱਡਿਆ। ਇਹ ਬੜੀ ਚੇਂਜਿੰਗ ਆਈ ਆ ਬਾਹਰ ਆਣ ਕੇ ਨੌਜਵਾਨਾਂ ਬੱਚਿਆਂ ਦੇ ਵਿੱਚ, ਜਿਹਨਾਂ ਨੇ ਕੱਲ੍ਹ ਤੱਕ ਦੇ ਦਾੜੇ ਕੇਸ ਕਤਲ ਕੀਤੇ ਸੀ ਉਹਨਾਂ ਦੇ ਦਾੜੇ ਰੱਖੇ ਗਏ, ਸੋਹਣੇ ਅਮਲ ਛਕਾ ਲਏ, ਸੋਹਣੇ ਬਾਣੇ ਪਾ ਲਏ, ਮਗਰ ਇਸ ਬਾਣੇ ਦੇ ਅੰਦਰ ਰਹਿਤ ਓਨੀ ਜ਼ਰੂਰੀ ਹੈ ਜਿੰਨਾ ਬਾਣਾ। ਕੀ ਕਿਹਾ? ਰਹਿਤ ਬਹਿਤ ਓਨੀ ਜ਼ਰੂਰੀ ਹੈ ਜਿੰਨਾ ਬਾਣਾ। ਮਗਰ ਜ਼ਿੰਦਗੀ ਦੇ ਵਿੱਚ ਕਰਤਾਰ ਵਿੱਚ ਜਦੋਂ ਕਦੀ ਵੇਖੀਏ ਤੇ $10,000 ਲਿਆ ਇੱਕ ਦੋਸਤ ਕੋਲੋਂ। ਕੀ ਕਿਹਾ? ਇੱਕ ਦੋਸਤ ਕੋਲੋਂ $10,000 ਲਿਆ। ਕੁਝ ਦਿਨਾਂ ਬਾਅਦ ਦੋਸਤ ਨੇ ਮੰਗਿਆ, ਕਹਿੰਦਾ 100 ਗੁਰੂ ਦੀ ਮੈਂ ਤੇ ਲਿਆ ਹੀ ਨਹੀਂ। ਕਹਿੰਦਾ ਕਿ ਨਹੀਂ ਬੋਲੋ ਨਾ ਜੀ ਹਾਜ਼ਰ ਹੋ। ਕੀ ਕਿਹਾ? ਨਾ ਨਾ ਪਹਿਲੋਂ ਕਹੋ 100 ਗੁਰੂ ਦੀ ਮੈਂ ਤੇ ਲੈ ਕੇ ਮੁੱਕਰ ਗਿਆ। ਕਿੰਨੇ? $10,000। ਕੀ ਕਰਤੂਤ ਹੈ $10,000 ਦੀ? ਕੀ ਕਰਤੂਤ ਹੈ? ਕਿੰਨੇ ਦਿਨ ਘੱਟ ਲੈਣਾ? ਮਗਰ 100 ਕਿਹਦੀ ਖਾਲੀ? ਗੁਰੂ ਦੀ ਵਿੱਚ ਖਾਲੀ। ਚਾਰ ਸ਼ਬਦ ਮੇਰੀ ਸਰਕਾਰ ਨੇ ਲਿਖੇ ਦੇ, ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਇੱਕ ਬਚਨ ਨੂੰ ਸੁਣਿਓ। 4 ਅਕਸ਼ਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਵੀ ਆਹ ਜਿਹੜੀ ਕਿਰਪਾਨ ਆ ਨਾ ਰਾਤ ਨੂੰ ਲਾ ਕੇ ਅਸੀਂ ਜਿਹੜੀ ਕਿੱਲੀ 'ਤੇ ਰੱਖ ਦਿੰਦੇ ਹਾਂ, ਅਸੀਂ ਨਹੀਂ ਲਾਉਂਦੇ, ਆਮ ਲੋਕ ਲਾ ਕੇ ਰਾਤ ਨੂੰ ਇਹਨੂੰ ਗਲੋਂ 'ਤੇ ਕਿੱਲੀ ਨਾਲ ਟੰਗ ਦਿੰਦੇ। ਤੁਸੀਂ ਤਾਂ ਛਕਿਆ ਨਹੀਂ ਹੁਣ ਕਿ ਛਕਿਆ? ਹਾਂ ਚਲੋ ਛੇਤੀ ਨਹੀਂ ਪੁੜ ਗਏ ਜਿਹਨਾਂ ਜਿਹਨਾਂ ਨੇ ਛਕਿਆ। ਪੱਖ ਵਾਹਿਗੁਰੂ ਵਾਹਿਗੁਰੂ। ਰਾਤ ਨੂੰ ਕੀ ਕਰਦੇ ਲੋਕੀ? ਲਾ ਕੇ ਬੋਲੋ ਕਿੱਲੀ ਨਾਲ ਟੰਗ ਦਿੰਦੇ। ਮੇਰੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਲਿਖਿਆ, ਸ਼ਸਤਰ ਤਿਆਗ ਨਾ ਕੀਜੀ ਹੈ। ਬੋਲੋ ਭਲਾ, ਸ਼ਸਤਰ ਨੂੰ ਆਪਣੇ ਸਰੀਰ ਨਾਲੋਂ ਕਦੀ ਅਲੱਗ ਨਹੀਂ ਕਰਨਾ। ਦੂਸਰਾ ਵਚਨ ਲਿਖਿਆ, ਧਰੀਏ ਨਾ ਗੁਰੂ ਕੀ ਸੌ। ਬੋਲੋ ਭਲਾ, ਸਾਰੇ ਬੋਲੋ ਇਸ ਤਰ੍ਹਾਂ ਨਾਲ ਨਹੀਂ ਹੋਣਾ। ਪਹਿਲੋ ਕਿਹੜਾ? ਸ਼ਸਤਰ ਤਿਆਗ ਨਾ ਕੀਜੀਏ, ਫਿਰ ਦੂਸਰਾ ਧਰੀਏ ਨਾ ਗੁਰੂ ਕੀ ਸੌ, ਤੇ ਅੱਗੇ ਤੀਸਰਾ ਵਚਨ ਲਿਖਿਆ, ਹੁਜਤ ਤੇ ਤਰਕ ਨਾ ਕੀਜੀਏ। ਬੋਲੋ ਭਲਾ, ਕਦੀ ਕਿਸੇ ਨੂੰ ਹੁਜਤਾ ਨਾ ਕਰੀਏ ਤੇ ਕਦੀ ਕਿਸੇ ਨਾਲ, ਤੇ ਸਿੱਖਾਂ ਕੋਲ ਕੀ ਰਹਿ ਗਿਆ? ਭਾਜੀ ਰਾਗ ਵਾਲਾ ਪੜ੍ਹਨੀ ਚਾਹੀਦੀ ਕਿ ਨਹੀਂ? ਸਿੱਧੇ ਹੋ ਕੇ ਸੋਹਣੀ ਤਰ੍ਹਾਂ ਸੋਹਣੀ ਤਰ੍ਹਾਂ ਸੁਣੋ ਜਰਾ, ਇਹਦੇ ਵਿੱਚੋਂ ਕੀ ਨਿਕਲੂ? ਤਰਕੀ ਹੈ ਨਾ। ਇੱਕ ਨੇ ਕਹਿ ਦਿੱਤਾ ਜੀ ਰਾਗ ਵਾਲਾ ਨਾ ਪੜ੍ਹਨ ਵਾਲਾ ਸਿੱਖ ਨਹੀਂ, ਇੱਕ ਨੇ ਕਹਿ ਦਿੱਤਾ ਜਿਹੜਾ ਪੜ੍ਹਦਾ ਉਹ ਸਿੱਖ ਨਹੀਂ, ਇਹ ਕੀ ਆ? ਇਹਦੇ ਵਿੱਚੋਂ ਕੀ ਅੰਮ੍ਰਿਤ ਕੱਢ ਲਓਗੇ? ਅੱਖ ਵਾਹਿਗੁਰੂ ਵਾਹਿਗੁਰੂ ਬੋਲੋ ਨਾ ਵਾਹਿਗੁਰੂ। ਕੁਜਤ ਤਰਕ ਨਾ ਕੀਜੀਏ, ਤੇ ਅੱਗੇ ਲਿਖਿਆ ਧਰੀਏ ਨਾ ਗੁਰੂ ਕੀ ਸੌ, ਧਰੀਏ ਨਾ ਗੁਰੂ ਕੀ ਸੌ। ਇੱਕ ਗੁਰੂ ਦੀ ਸੌ ਨਾ ਖਾਈਏ, ਇੱਕ ਹੁਜਤਾ ਨਾ ਕਰੀਏ, ਇੱਕ ਤਰਕ ਨਾ ਕਰੀਏ, ਤੇ ਅੱਗੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਜਿਹੜੇ 3 ਗੱਲਾਂ ਕਰ ਲੈਣਗੇ ਨਾ, ਕਿਹੜੀਆਂ ਕਿਹੜੀਆਂ? ਇੱਕ ਤੇ ਸ਼ਸਤਰ ਤਿਆਗ ਨਿਕਲੂ,
ਇੱਕ ਹੁਜਤ ਤਰਕ ਨਹੀਂ ਕਰੂ ਅਖ ਵਾਹਿਗੁਰੂ ਤੇ ਇੱਕ ਗੁਰੂ ਦੀ ਕਦੀ ਸਿੱਖ ਸੰਭਾਲਾ ਹਾਂ ਸਿੱਖ ਮਤਲਬ ਉਸ ਸਿੱਖ ਦੀ ਮੈਂ ਸੰਭਾਲ ਕਰੂੰਗਾ ਜਿਹੜਾ ਇਹ ਗੱਲਾਂ ਨਹੀਂ ਕਰੂੰਗਾ ਨਾ ਤਾਂ ਕਦੀ ਕਿਸੇ ਨੂੰ ਹੁਜਤ ਕਰੂ ਨਾ ਤਰਕ ਕਰੂ ਨਾ ਗੁਰੂ ਦੀ ਕਦੀ ਸਹੁੰ ਖਾਊਗਾ ਗੁਰੂ ਕਿਆ ਸਿੱਖਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਨੇ ਆਖਿਆ ਛਪੜੀ ਦੇ ਵਿੱਚੋਂ ਇਸ਼ਨਾਨ ਕਰ ਲਾ ਇਸ਼ਨਾਨ ਕੀਤਾ ਪੂਰਾ ਹੋ ਗਿਆ ਫਿਰ ਇਹ ਸਾਰੇ ਦੇ ਸਾਰੇ ਕੋੜ 17 ਤਰ੍ਹਾਂ ਦੇ ਗਣਾਏ ਮਹਾਰਾਜ ਨੇ ਇੱਕ ਤੇ ਤੇਰੇ ਸਰੀਰ ਤੇ ਹੋਇਆ ਸੁਰਤ ਨੂੰ ਜਿਹੜਾ ਕੋੜ ਪੈਂਦਾ ਨਾ ਇਹ ਸਾਰੇ ਦੂਰ ਹੋ ਜਾਇਆ ਕਰਨਗੇ ਜਿਹੜਾ ਇੱਥੇ ਆਣ ਕੇ ਇਸ਼ਨਾਨ ਕਰਿਆ ਕਰੂ ਅੱਜ ਉਸ ਸਥਾਨ ਦੇ ਉੱਤੇ ਬੜਾ ਵੱਡਾ ਸਰੋਵਰ ਬਣਿਆ ਹੈ ਸਰੋਵਰ ਦੇ ਵਿੱਚ ਦਾਸ ਨੇ ਵੀ ਇਸ਼ਨਾਨ ਕੀਤਾ ਹੈ ਅਖ ਵਾਹਿਗੁਰੂ ਰੱਜ ਕੇ ਬੋਲੋ ਨਾ ਬੜੀ ਬੜੀ ਦੂਰੋਂ ਜਿਹਨਾਂ ਲੋਕਾਂ ਨੂੰ ਕੋੜ ਦੀ ਬਿਮਾਰੀ ਉਤਰੀ ਹੁੰਦੀ ਹੈ ਸਰੀਰ ਦੇ ਉੱਤੇ ਉਹ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਦੀ ਕਮਾਈ ਕਰਦੇ ਉੱਥੇ ਇਸ਼ਨਾਨ ਕਰਦੇ ਅੱਜ ਤੱਕ ਫਿੰਸੀਆਂ ਫੋੜੇ ਕੋੜ ਸਰੀਰ ਦਾ ਉਹਨਾਂ ਦਾ ਦੂਰ ਹੋ ਜਾਂਦਾ ਜਿਹੜੇ ਉੱਥੇ ਜਾ ਕੇ ਇਸ਼ਨਾਨ ਕਰਦੇ ਉਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪ ਜੀ ਆਗਮਨ ਪੁਰਬ ਮਨਾ ਰਹੇ ਹੋ ਮੇਰੇ ਹੱਥ ਜੁੜ ਕੇ ਬੇਨਤੀ ਹੈ ਕੁਝ ਮੁੱਢਲੀਆਂ ਗੱਲਾਂ ਨੇ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਬਾਰੇ ਨੇ ਸਤਿਗੁਰੂ ਨੇ ਚਾਰ ਜੰਗਾਂ ਕੀਤੀਆਂ ਕਿੰਨੀਆਂ ਕੱਜ ਕੇ ਬੋਲੋ ਚਾਰ ਕਿਹਦੇ ਨਾਲ ਸਰਕਾਰ ਨਾਲ ਚਾਰ ਜੰਗਾਂ ਇਹ ਨਹੀਂ ਵੀ ਕਿਤੇ ਸਰੀਕੇ ਜੀ ਲੜ ਪਏ ਮਹਾਰਾਜ ਆਖੋ ਵਾਹਿਗੁਰੂ ਹਿੰਦੁਸਤਾਨ ਦੀ ਸਰਕਾਰ ਨਾਲ ਭੈਣੋ ਬੱਚਿਓ ਧਿਆਨ ਦਿਓ ਕਿੰਨੀਆਂ ਜੰਗਾਂ ਚਾਰ ਕੀਤੀਆਂ ਤੇ ਚਾਰੇ ਜੰਗਾਂ ਜਿੱਤੀਆਂ ਚਾਰੇ ਜੰਗਾਂ ਜਿੱਤੀਆਂ ਚਾਰੇ ਜੰਗਾਂ ਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਪਹਿਲੋਂ ਕਹਿ ਕੇ ਜਾਂਦੇ ਰਹੇ ਤੁਸੀਂ ਆਹ ਕੁਝ ਕਰੋ ਅਸੀਂ ਜੰਗ ਜਿੱਤ ਕੇ ਆਉਂਦੇ ਜਿੱਦਣ ਪਹਿਲੀ ਜੰਗ ਕੀਤੀ ਸਰਕਾਰ ਨੇ ਆਖੋ ਵਾਹਿਗੁਰੂ ਉਹਦਣ ਧੀ ਦਾ ਆਨੰਦ ਕਾਰਜ ਸੀ ਸੁਣ ਰਹੇ ਹੋ ਥੱਕ ਗਏ ਹੋ ਉਦਣ ਧੀ ਦਾ ਕੀ ਨਾਮ ਸੀ ਗੁਰੂ ਸਾਹਿਬ ਦੀ ਧੀ ਦਾ ਬੋਲੋ ਭਲਾ ਕੋਈ ਜਣਾ ਬੀਬੀ ਵੀਰੋ ਜੀ ਬੀਬੀ ਵੀਰੋ ਦਾ ਆਨੰਦ ਕਾਰਜ ਸੀ ਤੇ ਸਿਰ ਤੇ ਹੱਥ ਰੱਖ ਕੇ ਬੀਬੀ ਵੀਰੋ ਦੇ ਬਾਂਹ ਫੜਾ ਕੇ ਬਾਬਾ ਬੁੱਢਾ ਸਾਹਿਬ ਨੂੰ ਤੇ ਭਾਈ ਵਿਧੀ ਚੰਦ ਨੂੰ ਆਖਿਆ ਤੁਸੀਂ ਜਾ ਕੇ ਝਬਾਲ ਪਿੰਡ ਵਿੱਚ ਕਿੱਥੇ ਜੀ ਝਬਾਲ ਪਿੰਡ ਵਿੱਚ ਜਾ ਕੇ ਧੀ ਦਾ ਆਨੰਦ ਕਾਰਜ ਪੜੋ ਅਸੀਂ ਜੰਗ ਜਿੱਤ ਕੇ ਆਉਂਦੇ ਹਾਂ ਇਹਨੂੰ ਲੋਹਗੜ੍ਹ ਦੀ ਜੰਗ ਕਹਿੰਦੇ ਜੇ ਲਾਹੌਰ ਦੇ ਸੂਬੇਦਾਰ ਨੇ ਹਮਲਾ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆਖੋ ਵਾਹਿਗੁਰੂ ਉੱਚੀ ਬੋਲਿਆ ਕਰੋ ਹੋਰ ਵਾਹਿਗੁਰੂ 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 ਆਪਣੇ ਮੁਰਸ਼ਦ ਦੇ ਉੱਤੇ ਮਾਣ ਮੁਰਸ਼ਦ ਕੌਣ ਸੀ ਗੁਰੂ ਨਾਨਕ ਸਾਹਿਬ ਤੇ ਮਾਣ ਗੁਰੂ ਨਾਨਕ ਸਾਹਿਬ ਤੇ ਭਰੋਸਾ ਅਸੀਂ ਜੰਗ ਜਿੱਤ ਕੇ ਆਉਂਦੇ ਇੱਧਰੋਂ ਜੰਗ ਜਿੱਤ ਲਈ ਉੱਧਰੋਂ ਆਨੰਦ ਕਾਰਜ ਪੜੇ ਆਉਂਦੇ ਬਾਬਾ ਬੁੱਢਾ ਸਾਹਿਬ ਨੇ ਬੀਬੀ ਰਾਣੀ ਨੂੰ ਗਲ ਚ ਲੈ ਕੇ ਡੋਲੀ ਚ ਬਾਤਾ ਬੀਬੀ ਵੀਰੋ ਨੂੰ ਸੁਣਿਓ ਧਿਆਨ ਨਾਲ ਤੁਸੀਂ ਵੀ ਧੀਆਂ ਜੇ ਕਿਸੇ ਦੀਆਂ ਆਖੋ ਵਾਹਿਗੁਰੂ ਬੀਬੀ ਵੀਰੋ ਡੋਲੇ ਚ ਤੇ ਬਹਿ ਗਈ ਤੇ ਬਾਬਾ ਬੁੱਢਾ ਸਾਹਿਬ ਨੇ ਡੋਲੀ ਦਾ ਕੱਪੜਾ ਇਸ ਤਰ੍ਹਾਂ ਬੰਦ ਕੀਤਾ ਦੋ ਅੱਥਰੂ ਬੀਬੀ ਵੀਰੋ ਦੇ ਅੱਖਾਂ ਚੋਂ ਡਿੱਗ ਪਏ
ਤੇ ਬਾਬਾ ਬੁੱਢਾ ਸਾਹਿਬ ਦੁਬਾਰਾ ਪਤਾ ਨਹੀਂ ਕੋਈ ਵਚਨ ਕਰਨ ਨੂੰ ਬੂਹਾ ਖੋਲਿਆ, ਕੱਪੜਾ ਪਰੇ ਕੀਤਾ ਡੋਲੀ ਦਾ ਤੇ ਕਹਿੰਦੇ ਬੀਬੀ ਵੀਰੋ ਇਹ ਅੱਖਾਂ ਚੋਂ ਅੱਥਰੂ ਕਿਉਂ ਗਿਰੇ ਨੇ, ਡੋਲੀ ਚ ਪੈਣ ਲੱਗੀਆਂ, ਹਰ ਧੀ ਸਹੁਰੇ ਜਾਂਦੀ, ਤੂੰ ਕਿਉਂ ਰੋਈ ਹੈ? ਤੇ ਬੀਬੀ ਵੀਰੋ ਨੇ ਟਕੋਰਾ ਲੈ ਕੇ ਆਖਿਆ, ਭਾਵੇਂ ਉਹ ਦੋ ਜਹਾਨ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਹੈ, ਮੇਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਆ, ਮੇਰਾ ਤੇ ਬਾਪ ਹੈ ਨਾ, ਕੀ ਸਾਰੇ ਗੁਰੂ ਕੇ ਸਿੱਖੋ ਫਿਰ ਹਾਜ਼ਰੀ ਲੱਗ ਜੂਗੀ, ਮੇਰਾ ਤੇ ਬਾਪ ਹੀ ਹੈ ਨਾ, ਮੈਂ ਤੇ ਧੀ ਹਾਂ ਨਾ। ਤੇ ਧੀ ਡੋਲੇ ਚ ਪੈਣ ਲੱਗੀ, ਇੰਨੀ ਜ਼ਿਆਦਾ ਖੁਸ਼ ਹੁੰਦੀ ਹੈ ਜਦੋਂ ਦਾ ਪਿਓ ਗੱਲ ਨਾ ਲਾ ਕੇ ਡੋਲੀ ਚ ਪਾਉਂਦਾ। ਬਾਬਾ ਬੁੱਢਾ ਸਾਹਿਬ ਕੋਈ ਘੱਟ ਨਹੀਂ ਸੀ, ਮਗਰ ਪਿਤਾ ਤੇ ਨਹੀਂ ਸੀ। ਆਖੋ ਵਾਹਿਗੁਰੂ। ਓਨੀ ਕੁ ਯਾਤਰਾ ਤੇ ਤੁਰੀ ਜਾਂਦੀ, ਬੀਬੀ ਵੀਰੋ ਦਾ ਗਲਾ ਭਰ ਆਇਆ ਤੇ ਬੀਬੀ ਵੀਰੋ ਨੇ ਦੋ ਅੱਥਰੂ ਸੁੱਟੇ ਵੀ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਲੋਕਾਂ ਨੂੰ ਪਤਾ ਹੈ ਤੁਸੀਂ ਦੋ ਜਹਾਨ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਜੇ, ਸ਼ਾਇਦ ਸਵਾਰ ਜੇ ਤੁਸੀਂ, ਮਗਰ ਕਿਤੇ ਅੱਜ ਬਾਬਾ ਬੁੱਢਾ ਸਾਹਿਬ ਦੀ ਜਗ੍ਹਾ ਤੇ ਤੁਸੀਂ ਮੈਨੂੰ ਡੋਲੀ ਚ ਪਾਉਂਦੇ ਹੋ, ਅੱਜ ਇੱਥੋਂ ਤੋਰਨ ਦੇ ਵੇਲੇ ਤੁਸੀਂ ਮੇਰੇ ਕੋਲ ਹੁੰਦੇ ਹੋ। ਅਜੇ ਚਾਰ ਕੀ ਕਦਮ ਡੋਲੀ ਪਿੰਡੋਂ ਬਾਹਰ ਗਈ ਸੀ, ਆਖੋ ਵਾਹਿਗੁਰੂ, ਗੱਜ ਕੇ ਬੋਲਿਆ ਕਰੋ, ਤੇ ਡੋਲੀ ਰੱਖ ਤੀ। ਡੋਲੀ ਲੈ ਕੇ ਜਾਣ ਵਾਲਿਆਂ ਨੇ ਡੋਲੀ ਰੱਖ ਤੀ ਤੇ ਬੀਬੀ ਵੀਰੋ ਨੇ ਤੇਰਾ ਕੱਪੜਾ ਚੁੱਕ ਕੇ ਵੇਖਿਆ ਵੀ ਡੋਲੀ ਕਿਉਂ ਰੱਖ ਤੀ, ਵੇਖਿਆ ਤੇ ਸਾਹਮਣੇ ਘੋੜੇ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਖੜੇ। ਬੀਬੀ ਵੀਰੋ ਡੋਲੀ ਚੋਂ ਭੱਜ ਕੇ ਉਤਰੀ, ਛਾਲ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੋਂ ਉਤਰੇ ਤੇ ਗਲ ਨਾ ਲਾ ਲਿਆ, ਗਲਵੱਕੜੀ 'ਚ ਲੈ ਲਿਆ ਧੀ ਨੂੰ, ਸਹੁਰੇ ਚੱਲੀ ਧੀ ਨੂੰ ਗਲਵੱਕੜੀ 'ਚ ਲੈ ਲਿਆ, ਮੂੰਡ ਪਲੋਸਿਆ, ਸਿਰ ਪਲੋਸ ਕੇ ਆਖਿਆ ਮੇਰੀ ਬੱਚੀ ਨੇ ਗਲਾ ਕਿਉਂ ਭਰਿਆ? ਆਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ, ਪਿਤਾ ਜੀ ਭਾਵੇਂ ਤੁਸੀਂ ਦੋ ਜਹਾਨ ਦੇ ਮਾਲਕ ਹੋ, ਛੇਵੇਂ ਸਤਿਗੁਰੂ ਜੇ, ਮੇਰੇ ਤੇ ਬਾਪ ਤੋਂ ਮੇਰੇ ਅੰਦਰ ਵਿਰਾਗ ਸੀ ਵੀ ਤੁਸੀਂ ਮੇਰੀ ਡੋਲੀ ਤੋਰਨ ਕਿਉਂ ਨਹੀਂ ਆਏ, ਧੀਏਵਾਂ ਆ ਗਿਆ, ਦੱਸ ਮੈਂ ਤੈਨੂੰ ਕੀ ਦਾਜ ਦਵਾਂ? ਧਿਆਨ ਦਿਓ ਜੀ, ਪਤਾ ਲੱਗ ਗਿਆ ਜੀ, ਭਾਸ਼ਾ ਤੇ ਪਤਾ ਲੱਗਦਾ, ਦੱਸ ਮੈਂ ਤੈਨੂੰ ਕੀ ਦਾਜ ਦਾਜ ਦੇ ਕੇ ਭੇਜਾਂ? ਹਰ ਧੀ ਸੋਚਦੀ ਆ ਵੀ ਮੈਨੂੰ ਬਾਪ ਦੇ ਘਰੋਂ ਕੁਝ ਮਿਲੇ, ਬਾਪ ਦੇ ਘਰੋਂ ਮੈਂ ਕੁਝ ਲੈ ਕੇ ਜਾਵਾਂ, ਤੇ ਧੀਏ ਦੱਸ ਮੈਂ ਤੈਨੂੰ ਘੋੜੇ ਦਵਾਂ, ਮੱਝਾਂ ਦਵਾਂ, ਰੱਥ ਦਵਾਂ, ਪੈਸੇ ਦਵਾਂ? ਆਖੋ ਵਾਹਿਗੁਰੂ। ਤੇ ਬੀਬੀ ਵੀਰੋ ਨੇ ਗੱਲ 'ਚ ਪੱਲਾ ਪਾ ਲਿਆ, ਧੀ ਉਹ ਸੁਣ ਲਿਓ ਹੁਣ ਤੁਸੀਂ ਵੀ, ਜਿਹੜੀਆਂ ਤੁਹਾਡੇ 'ਚ ਵਿਆਹੁਣ ਵਾਲੀਆਂ ਮਿੱਠੀਆਂ ਬੱਚੀਆਂ, ਆਖੋ ਵਾਹਿਗੁਰੂ, ਉੱਚੀ ਬੋਲੋ। ਆਖਿਆ ਨਾ ਤਾਂ ਮੈਨੂੰ ਘੋੜੇ ਚਾਹੀਦੇ ਪਿਤਾ ਜੀ, ਨਾ ਮੈਨੂੰ ਰੁਪਈਏ ਚਾਹੀਦੇ, ਨਾ ਮੈਨੂੰ ਮੱਝਾਂ ਚਾਹੀਦੀਆਂ, ਜੇ ਦੇਣ ਤੇ ਆਇਓ ਨਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਮੇਰੇ ਮੀਤ ਗੁਰ ਦੇਵ, ਮੋਕੋ ਰਾਮ ਰਾਮ ਪ੍ਰਕਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਝੋਲੀ ਅੱਡੀ ਬੀਬੀ ਵੀਰੋ ਨੇ, ਤੇ ਬੀਬੀ ਵੀਰੋ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਪਾਉਣਾ ਚਾਹੁੰਦੇ ਹੋ ਨਾ ਤੇ ਮੇਰੀ ਝੋਲੀ 'ਚ ਅਸੀਸ ਦਿਓ ਪੁੱਤਾ। ਮਾਤਾ ਕੀ ਨਿਮਖ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ, ਮੈਨੂੰ ਆਪਣੀ ਧੀ ਜਾਣ ਕੇ ਅਸੀਸ ਦੇ, ਰਹਿੰਦੇ ਸਵਾਸਾਂ ਤੱਕ ਨਾ ਭੁੱਲੇ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਬੋਲੋ ਖੋਲ ਕੇ ਤੁਸੀਂ ਵੀ ਧੀਆਂ ਦੇ ਵੀਰ ਦੇ ਪੁੱਤਰ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਮਾਨਵ ਸੀਸ ਵਾਹਿਗੁਰੂ 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 ਇਹ ਮੰਗਿਆ ਸੀ ਦਾਨ ਬੀਬੀ ਨੇ ਵਾਹਿਗੁਰੂ 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 ਸਤਨਾਮ ਸਿਮਰਨ ਇਹ ਤੇ ਬੀਬੀ ਵੀਰੋ ਦੀ ਕਹਾਣੀ ਸਾ ਨਾ ਜੀ ਇੱਥੇ ਤੁਹਾਡੇ ਕੋਲ ਇੱਕ ਜਗ੍ਹਾ ਹੈ ਅਮੈਰੀਕਾ ਦੇ ਵਿੱਚ ਕੈਲੀਫੋਰਨੀਆ ਧਿਆਨ ਦੇਣਾ ਕਿਹੜੀ ਜਗ੍ਹਾ ਦਾ ਨਾਮ ਕੈਲੀਫੋਰਨੀਆ ਦੇ ਵਿੱਚ ਇੱਕ ਸਰਦਾਰ ਹੈ ਗੁਰਮੁਖ ਪਿਆਰਾ ਉਹਨੇ ਧੀ ਮੰਗੀ ਸੁਣਿਆ ਪੁੱਤ ਉਹਨੇ ਧੀ ਮੰਗੀ ਅਤੇ ਵਿਆਹ ਦਾ ਦਿਨ ਆ ਗਿਆ ਕੁੜਮਾਂ ਨੇ ਚਿੱਠੀ ਲਿਖ ਕੇ ਜਾਂ ਫੋਨ ਕਰਤਾ ਇੱਥੇ ਤਾਂ ਹੁਣ ਫੋਨ ਕਰਨੇ ਵੀ ਤੇ ਉਦੋਂ ਚਿੱਠੀਆਂ ਲਿਖਦੇ ਸੀ ਕੁੜਮਾਂ ਨੇ ਫੋਨ ਕਰ ਦਿੱਤਾ ਵੀ ਸਾਨੂੰ ਵਾਸਤੇ ਸ਼ਰਾਬ ਦੀ ਰੋਟੀ ਚਾਹੀਦੀ ਆ ਸਿੱਖਾਂ ਦੀਆਂ ਵਰਾਛਾਂ ਪਾਟੀਆਂ ਲਿਆਉਣੇ ਇਹ ਸਿੱਖ ਇਸ ਤਰ੍ਹਾਂ ਦੀਆਂ ਮੰਗਾਂ ਕਰਦੇ ਜੇ ਕਿਹੋ ਜਿਹੀਆਂ ਵਾਸਤੇ ਸਿੱਖ ਮੰਗਦੇ ਸਿੱਖ ਕੋਲੋਂ ਮੰਗਦੇ ਇਹਦੇ ਵੀ ਗਲਤ ਕਤਰ ਹੈ ਉਹ ਵੇਖੋ ਜੀ ਕੀ ਕਰੀਏ ਰਿਸ਼ਤੇਦਾਰ ਦੀ ਸਿੱਖਾ ਇੱਕ ਗੱਲ ਕਰੀ ਜਿੱਦਣ ਤੇਰੀ ਇਹ ਮੰਗ ਮੰਨਣ ਨੂੰ ਦਿਲ ਕਰੇ ਨਾ ਇੱਕ ਪਾਸੇ ਰਿਸ਼ਤੇਦਾਰ ਖਿਲਾਰ ਲਈ ਅਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਖਿਲਾਰ ਲਈ ਦੋਵਾਂ 'ਚ ਚੁਣ ਲਈ ਕਿਹਨੂੰ ਚੁਣਨਾ ਹੈ ਸੁਣ ਰਹੇ ਹੋ ਪੁੱਤ ਧੀਓ ਸੁਣ ਰਹੇ ਹੋ ਜਿੱਦਣ ਕੋਈ ਤੁਹਾਨੂੰ ਇਹ ਤੁਹਾਡਾ ਰਿਸ਼ਤੇਦਾਰ ਕਵੇ ਨਾ ਵੀ ਅਸੀਂ ਵਿਆਹ ਨਹੀਂ ਜੀ ਆਉਣਾ ਆਖੋ ਵਾਹਿਗੁਰੂ ਜੇ ਤੁਸੀਂ ਚੌਂਕੜਾ ਮਾਰ ਲਓ ਦੋ ਮਿੰਟ ਲਈ ਚੌਂਕੜਾ ਮਾਰ ਲਓ ਮਿੰਟ ਰਹਿ ਕੇ ਸੱਤ ਜੇ ਚੌਂਕੜਾ ਮਾਰੋ ਸੋਹਣੇ ਲੱਗਾਂਗੇ ਆਖੋ ਵਾਹਿਗੁਰੂ ਜੇ ਤੁਹਾਡਾ ਕੋਈ ਰਿਸ਼ਤੇਦਾਰ ਕਵੇ ਵੀ ਅਸੀਂ ਵਿਆਹ ਤਾਂ ਆਉਣਾ ਜੇ ਮਾਸਟੇ ਸ਼ਰਾਬ ਦੀ ਰੋਟੀ ਪਾਓਗੇ ਫਿਰ ਤੁਸੀਂ ਇਸ ਤਰ੍ਹਾਂ ਕਰਿਓ ਸਾਹਮਣੇ ਖਿਲਾਰ ਲਿਓ ਰਿਸ਼ਤੇਦਾਰਾਂ ਨੂੰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੋਵਾਂ ਵਿੱਚੋਂ ਆਪਣੀ ਰੂਹ ਨੂੰ ਕਹਿਣਾ ਚੁਣ ਲਾ ਮਾਮੇ ਚੁਣ ਲਈ ਮਾਸੜ ਸੁਣ ਚੁਣ ਲਈ ਭਣਵਈਏ ਚੁਣ ਲਈ ਨਾਨਕਾ ਚੁਣਨਾ ਅਤੇ ਦਾਦਕੇ ਚੁਣ ਲਈ ਦੋਵਾਂ ਵਿੱਚੋਂ ਚੁਣ ਲਾ ਜਿਹੜੀ ਤੁਹਾਡੀ ਰੂਹ ਚੁਣ ਲੂਗੀ ਨਾ ਉਹਨਾਂ ਦੋਵਾਂ 'ਚੋਂ ਵੇਖਿਓ ਮੇਰਾ ਸੰਗੀ ਕੌਣ ਹੈ ਆਖਰ ਮਰਨ ਤੋਂ ਬਾਅਦ ਇਹ ਸਰੀਰ ਜਿੱਦਣ ਛੁੱਟਣਾ ਹੈ ਅੱਗੇ ਤਾਂ ਕਿਸੇ ਮਾਸੜ ਨੇ ਨਹੀਂ ਜਾਣਾ ਬੋਲੋ ਭਲਾ ਕੀ ਆਖਿਆ ਦੱਸ ਦੇ ਅੱਗੇ ਤਾਂ ਕਿਸੇ ਨਾ ਚਾਚੇ ਨਾ ਤਾਏ ਨਾ ਫੁੱਫੇ ਨੇ ਨਹੀਂ ਜਾਣਾ ਜਿਹੜੇ ਅੱਜ ਕਹਿੰਦੇ ਆ ਵੀ ਅਸੀਂ ਤਾਂ ਆਵਾਂਗੇ ਤੇਰੇ ਵਿਆਹ ਦੇ ਵਿੱਚ ਜੇ ਮਾਸਤੇ ਸ਼ਰਾਬ ਪਾਏਗਾ ਤੇ ਆਖੋ ਵਾਹਿਗੁਰੂ ਉਹ ਸਰਦਾਰ ਜੀ ਨੇ ਮੈਨੂੰ ਫੋਨ ਕੀਤਾ ਇੰਡੀਆ ਮੈਂ ਅਨੰਦਪੁਰ ਸਾਹਿਬ ਸਾਂ ਆਖੋ ਵਾਹਿਗੁਰੂ ਕਹਿੰਦਾ ਮੈਂ ਫਲਾਣਾ ਸਿੰਘ ਬੋਲਦਾ ਜੀ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਨਾ ਇਹ ਕਿਤੇ ਪਰਮਿਸ਼ਨ ਲੈ ਦਿਓ ਵੀ ਮੈਂ ਅੰਮ੍ਰਿਤਧਾਰੀ ਹੋ ਕੇ ਮੇਰੀ ਧੀ ਵੀ ਅੰਮ੍ਰਿਤਧਾਰੀ ਆ ਮੁੰਡਾ ਵੀ ਅੰਮ੍ਰਿਤਧਾਰੀ ਆ ਅਤੇ ਮਾਸਤੇ ਸ਼ਰਾਬ ਦੀ ਰੋਟੀ ਅਸੀਂ ਪਾ ਸਕੀਏ ਮੇਰੇ ਕੁੜਮ ਕਹਿੰਦੇ ਮੈਂ ਬਰਾਤ ਲੈ ਕੇ ਨਹੀਂ ਆਉਣਾ ਇਹ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਅਤੇ ਕੈਲੀਫੋਰਨੀਆ ਦਾ ਵੱਜਣਾ ਜਿਉਂਦਾ ਜਗਦਾ ਪਰਿਵਾਰ ਆ ਜੇ ਮੈਂ ਕਿਹਾ ਨਾ ਕਰੀ ਗੁਰਮੁਖਾ ਇਸ ਤਰ੍ਹਾਂ ਇੱਧਰ ਰਹੋ ਜੀ ਸਕੱਤਰ ਸਰ ਨਾ ਕਰੀ ਇਸ ਤਰ੍ਹਾਂ ਗੁਰੂ ਤੋਂ ਬਾਹਰ ਨਾ ਛਡਾਏ ਕਹਿਣ ਲੱਗਾ ਜੀ ਕਿਸੇ ਰਿਸ਼ਤੇਦਾਰ ਨੇ ਨਹੀਂ ਆਉਣਾ ਮੈਂ ਕਿਹਾ ਨਾ ਆਵੇ ਜੇ ਕੋਈ ਰਿਸ਼ਤੇਦਾਰ ਨਹੀਂ ਆਊਗਾ ਤਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਸੇਵਾ ਕਰ ਰਿਹਾ ਪਾਂਡਿਆਂ ਦੀ
ਮੈਂ ਆਪ ਜੀ ਨੂੰ ਬਚਨ ਦੇਣਾ ਬਾਬੇ ਨਾਨਕ ਦਾ ਚੌਕੀਦਾਰ ਹੋ ਕੇ ਤੇਰੀ ਧੀ ਦੇ ਵਿਆਹ ਚ ਗੁਰੂ ਹਰਗੋਬਿੰਦ ਸਾਹਿਬ ਜ਼ਰੂਰ ਆਉਣਗੇ। ਮੈਂ ਕਿਹਾ ਧੀ ਸਾਰੇ ਗੁਰੂਆਂ ਦੇ ਵਿੱਚੋਂ ਕਿੰਨੇ ਤੋਰੀ ਬੋਲੋ ਨਾ, ਗੁਰੂ ਅਮਰਦਾਸ ਨੇ ਵੀ ਤੋਰੀਆਂ, ਮਗਰ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਚੱਲ ਰਹੀ ਆ। ਧੀ ਤੋਰੀ ਮਾਤਾ ਬੀਬੀ ਵੀਰੋ ਜੀ ਨੂੰ ਆਪਣੇ ਹੱਥੀਂ ਡੋਲੀ ਚ ਪਾਇਆ, ਆਖੋ ਵਾਹਿਗੁਰੂ। ਜਦੋਂ ਇਹ ਬਚਨ ਕੀਤੇ ਤੇ ਉਹਨੂੰ ਦ੍ਰਿੜਤਾ ਆ ਗਈ ਉਸ ਸਿੱਖ ਨੂੰ, ਉਹਨੇ ਕੁੜਮਾਂ ਨੂੰ ਕਹਿ ਦਿੱਤਾ ਵੀ ਮਾਸ ਤੇ ਸ਼ਰਾਬ ਦੀ ਰੋਟੀ ਨਹੀਂ ਪੈਣੀ, ਭਾਵੇਂ ਤੁਸੀਂ ਆਓ ਤੇ ਭਾਵੇਂ ਤੁਸੀਂ ਨਾ ਆਓ, ਕੋਈ ਗੱਲ ਨਹੀਂ, ਮੈਂ ਗੁਰੂ ਤੋਂ ਸੱਚੇ ਰਹਿਣਾ। ਆ ਗਈ ਬਰਾਤ, ਇੰਨਾ ਕੀ ਹੁੰਦਾ ਹੈ, ਪਾਪੀ ਬੰਦਾ ਬਹੁਤਾ ਚਿਰ ਨਹੀਂ ਰੁਕਦਾ, ਆਖੋ ਵਾਹਿਗੁਰੂ। ਲੁੱਟ ਗਿਆ ਆ ਗਿਆ ਕਿ ਸਰੀਕਾ ਕੀ ਕਹੂ, ਬਰਾਤ ਲੈ ਕੇ ਆ ਗਿਆ, ਕੁੜੀ ਵਿਆਹ ਕੇ ਲੈ ਗਿਆ। ਹੁਣ ਜਿੰਨੇ ਰਿਸ਼ਤੇਦਾਰ ਆਏ ਸੀ ਉਹਨਾਂ ਨੇ ਕਿਸੇ ਨੇ 2100, ਕਿਸੇ ਨੇ 1100, ਕਿਸੇ ਨੇ 500, ਕਿਸੇ ਨੇ 100, ਕਿਸੇ ਨੇ 50 ਰੁਪਈਏ ਸ਼ਗਨ ਪਾਇਆ ਤੇ ਉੱਤੇ ਆਪਣਾ ਨਾਮ ਲਿਖਿਆ। ਉਹ ਸਰਦਾਰ ਦੱਸਦਾ ਜਿਉਂਦਾ ਜਾਗਦਾ ਹੈ, ਅੱਧਾ ਸਾਰਿਆਂ ਲਿਫਾਫਿਆਂ ਦੇ ਉੱਤੇ ਉਹਨਾਂ ਨੇ ਆਪਣਾ ਨਾਮ ਲਿਖਿਆ। ਮੇਰੀ ਧੀ ਮੈਨੂੰ ਕਹਿੰਦੀ ਵੀ ਪਿਤਾ ਜੀ ਇਹ ਸਾਰੇ ਲਿਫਾਫੇ ਤੁਸੀਂ ਖੋਲੋ, ਕਿਉਂਕਿ ਤੁਹਾਡੇ ਵੱਲੋਂ ਬਹੁਤਾ ਸੰਗਤ ਆਈ ਹੈ ਪੇਕਿਆਂ ਵੱਲੋਂ, ਤੇ ਜਿਹਨਾਂ ਜਿਹਨਾਂ ਨੇ ਦਿੱਤਾ ਗਾਹ ਤੁਸੀਂ ਵੀ ਉਹਨਾਂ ਨੂੰ ਕੱਲ੍ਹ ਨੂੰ ਦੇਣੇ ਹੈ, ਤੁਸੀਂ ਚੰਗੀ ਤਰ੍ਹਾਂ ਲਿਫਾਫੇ ਚੈੱਕ ਕਰ ਲਓ ਕਿੰਨੇ ਕੀ ਦਿੱਤਾ ਕਿੰਨੇ ਕੀ ਦਿੱਤਾ। ਕਹਿੰਦਾ ਹੈਰਾਨਗੀ ਦੀ ਗੱਲ ਆ ਖਾਲਸਾ ਜੀ, ਜਦੋਂ ਮੈਂ ਲਿਫਾਫਾ ਖੋਲਿਆ ਇੱਕ ਲਿਫਾਫਾ ਨਿਕਲਿਆ ਜਿੱਥੇ ਕਿਸੇ ਦਾ ਨਾਮ ਨਹੀਂ ਸੀ, ਮੂਲ ਮੰਤਰ ਲਿਖਿਆ ਸੀ। ਅੱਜ ਜਿਉਂਦਾ ਹੈ, ਮੈਂ ਹੁਣ ਕੱਲ੍ਹ ਤੋਂ ਉੱਥੇ ਹੀ ਕਥਾ ਕਰਨੀ ਆ, ਅਗਲੇ ਸੋਮਵਾਰ ਤੋਂ ਤੁਸੀਂ ਆਓ, ਮੈਂ ਤੁਹਾਨੂੰ ਬੰਦਾ ਮਿਲਾ ਦਿੰਦਾ, ਜਿਉਂਦਾ ਜਾਗਦਾ ਤੁਹਾਨੂੰ ਦੱਸੂਗਾ। ਇਤਨਾ ਹੋਇਆ, ਮੂਲ ਮੰਤਰ ਲਿਖਿਆ, ਕਿਸੇ ਦਾ ਨਾਮ ਨਹੀਂ, ਹਰਚਰਨ ਸਿੰਘ, ਫਲਾਣਾ ਸਿੰਘ, ਕੋਈ ਨਾਮ ਨਹੀਂ, ਫਿਰ ਕੋਈ ਟੈਲੀਫੋਨ ਨੰਬਰ ਨਹੀਂ ਲਿਖਿਆ। ਲਿਫਾਫਾ ਖੋਲ੍ਹ ਕੇ ਵੇਖਿਆ ਵਿੱਚ 1100 ਡਾਲਰ, ਕਿਸੇ ਨੇ 31 ਪਾਏ, ਕਿਸੇ ਨੇ 21 ਪਾਏ, ਮਗਰ ਵੱਡਾ ਦਾਤਾ ਜੇਵਟ ਆਪ ਤੇਵਟ ਤੇਰੀ, ਜਿਹੜਾ ਵੱਡਾ ਦਾਤਾ ਸੀ ਉਹਨੇ ਹੀ ਵੱਡੇ, ਗੱਲ ਪੈਸਿਆਂ ਦੀ ਨਹੀਂ, ਗੱਲ ਤੇ ਉਹਦੇ ਆਉਣ ਦੀ ਆ, ਆਪਣੇ ਸੇਵਕ ਕੀ ਆਪੇ ਰੱਖੇ। ਹੌਲੀ ਬੋਲਦੇ ਹੋ, ਮੈਂ ਤੇ ਤੁਹਾਡੀ ਹਾਜ਼ਰੀ ਲਵਾਉਣਾ ਨਹੀਂ ਤੇ ਮੈਂ ਤੇ ਕਥਾ ਕਰੀ ਜਾ ਰਹੀ, ਵੇਖੋ ਮੇਰਾ ਮੀਟਰ ਚੱਲਣ ਡਿਆ, ਮੈਨੂੰ ਕੀ ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ। ਮੈਂ ਤੁਹਾਡੀ ਹਾਜ਼ਰੀ ਲਵਾਉਣੀ ਆ ਨਾਲ, ਵੀ ਤੁਸੀਂ ਨਾਲ ਬੋਲੋ ਆਪਣੇ ਸੇਵਕ ਕੀ ਆਪੇ, ਜਿਹੋ ਜਿਹੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ, ਸੇਵਕ ਕੋ ਨਿਵਤੀ ਹੋਏ ਵਿਖਾਵੇ। ਸੇਵਕ ਨੂੰ ਕੋਲ ਆਣ ਕੇ ਵਿਖਾਉਂਦਾ ਵੀ ਵੇਖ ਮੈਂ ਕਿਤੇ ਦੂਰ ਨਹੀਂ ਗਿਆ, ਮੈਂ ਅਜੇ ਵੀ ਇੱਥੇ ਹਾਂ, ਆਖੋ ਵਾਹਿਗੁਰੂ। ਬੀਬੀ ਵੀਰ ਉਹਨੂੰ ਤੋਰ ਦਿੱਤਾ ਤੇ ਜਦੋਂ ਉਹਨੇ ਰਹਿ ਰਾਸਤੀ ਬਾਣੀ ਦੀਆਂ ਤੁਕਾਂ ਬੋਲ ਕੇ ਬੀਬੀ ਵੀਰੋ ਨੇ ਆਖਿਆ ਨਾ ਵੀ ਮੇਰੇ ਮੀਤ ਗੁਰਦੇਵ ਮੋਕੋ, ਐਡੇ ਐਡੇ ਭਾਰੀ ਭਜਾਨ ਕੇ ਭਾਰੀ ਭਰੋਸੋ, ਐਡੀਆਂ ਬਾਹਾਂ ਚੁੱਕ ਕੇ ਸਿਰ ਤੇ ਰੱਖ ਕੇ ਨਾ ਬੀਬੀ ਵੀਰ ਕੋਲ ਵੀਰੋ ਦੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀਰੋ ਜੇ ਤੂੰ ਪੈਸੇ ਨੀ ਨਾ ਪੁੱਤ ਮੰਗੇ, ਧਿਆਨ ਦਿਓ, ਜੇ ਤੂੰ ਅਸੀਸ ਮੰਗੀ ਤੇ ਜਾ ਫਿਰ ਤੇਰਾ ਬੜਾ ਪ੍ਰਤਾਪ ਵਧੂਗਾ। ਇਹ ਗੁਰੂ ਦੀ ਅਸੀਸ ਆ, ਮੇਰੀ ਇਹ ਧੀਏ ਤੇਰਾ ਬੜਾ ਪ੍ਰਤਾਪ ਵਧੂ, ਤੇਰੀ ਕੁੱਖੋਂ ਬੜੇ ਬੜੇ ਸੂਰਮੇ ਪੈਦਾ ਹੋਣਗੇ। ਪਿਓ ਦੀ ਅਸੀਸ ਭੰਗਾਣੀ ਦੇ ਜੰਗ ਵਿੱਚ ਪ੍ਰਗਟ ਹੋਈ, ਜਾਣਦੇ ਹੋ ਕਿ ਨਹੀਂ ਜੀ ਬੋਲੋ, ਭੰਗਾਣੀ ਦੇ ਜੰਗ ਵਿੱਚ ਉੱਥੇ ਅਜੀਤ ਮੱਲ ਲੜਿਆ, ਆਖੋ ਵਾਹਿਗੁਰੂ, ਉੱਥੇ ਸੰਗੋ ਸ਼ਾਹ ਲੜਿਆ, ਉੱਥੇ ਇਹ ਸੂਰਮੇ ਬੀਬੀ ਵੀਰੋ ਜੀ ਦੇ ਇਹ ਪੁੱਤਰ ਸੀ, ਆਖੋ ਵਾਹਿਗੁਰੂ,
ਉਹ ਵਚਨ ਪੂਰਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦਾ, ਜਾ ਤੇਰਾ ਬੜਾ ਪ੍ਰਤਾਪ ਵਧੂਗਾ ਬੀਬੀ ਵੀਰੋ, ਧੀਏ ਵੀਰੋ ਤੇਰਾ ਬੜਾ ਜਸ ਵਧੂਗਾ, ਕਿਉਂਕਿ ਤੂੰ ਮੰਗਿਆ ਕੀ ਜਸ, ਮੰਗਿਆ ਕੀ ਹਰ ਕੇ ਜਨ ਸਤ ਗੁਰ ਸਤ ਪੁਰਖਾ, ਇਹ ਜਸ ਮੰਗਿਆ ਨਾ, ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸ਼ਰਣਾਈ ਕਰ ਦਇਆ ਪ੍ਰਕਾਸ਼। ਤੇ ਵਿਆਹ ਕਰਕੇ ਬੀਬੀ ਨੂੰ ਤੋਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਹਲੇ ਹੋ ਗਏ, ਬਸ ਆ ਦੋ ਮਿੰਟ ਨੇ, ਅੱਖ ਵਾਹਿਗੁਰੂ ਗੱਜ ਕੇ ਬੋਲੋ, ਵਿਹਲੇ ਹੋ ਗਏ, ਤੋਰ ਕੇ ਡੋਲੀ ਚਲੇ ਗਈ ਤੇ ਇਕੱਲੇ ਖਲੋਤੇ ਸੀ ਤੇ ਸਿੱਖਾਂ ਨੇ ਬੇਨਤੀ ਕੀਤੀ, ਧਿਆਨ ਦਿਓ ਦੋ ਮਿੰਟ ਡੋਲ ਦੇ ਦਿਓ, ਸਿੱਖਾਂ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਸੁਧਾ ਸਰ ਨੂੰ ਛੱਡ ਕੇ, ਸੁਧਾ ਸਰ, ਸੁਧਾ ਸਰ ਕੀ ਅੰਮ੍ਰਿਤਸਰ, ਕਿਆ ਬਾਤ ਕਹਿੰਦੇ ਹੋ, ਸੁਧਾ ਸੋਈਏ ਜਿਸ ਤਰ੍ਹਾਂ ਆਪਾਂ ਕਹਿੰਦੇ, ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਇਹ ਬੀਬੀ ਵੀਰੋ ਦਾ ਵਿਆਹ ਤੁਸੀਂ ਜਵਾਲ ਕਿਉਂ ਕੀਤਾ, ਧਿਆਨ ਦੇਣਾ ਜੀ, ਬੀਬੀ ਵੀਰੋ ਦਾ ਵਿਆਹ ਕੀ, ਸੁਧਾ ਸਰ ਛੋਟਾ ਜਿਹਾ ਨਗਰ ਸੀ, ਉੱਥੋਂ ਤੁਸੀਂ ਬਦਲ ਕੇ ਇੱਕਦਮ ਤੁਸੀਂ ਕਿਉਂ ਕਿਹਾ ਵੀ ਇੱਥੇ ਵਿਆਹ ਜਾ ਕੇ ਕਰੋ, ਪੱਖ ਵਾਹਿਗੁਰੂ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਕਿਹਾ, ਕਿਆ ਤੁਛ ਸੀ ਉਹ ਮਠਿਆਈ, ਮਠਿਆਈ ਨਿਕਲੀ ਸੀ ਨਾ, ਇਤਿਹਾਸ ਹੁੰਦਾ ਜੇ ਨਹੀਂ ਬੋਲੋ, ਮਠਿਆਈ ਨਿਕਲੀ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੰਗਤ ਨੂੰ ਪਾਓ, ਤੇ ਘਰੋਂ ਆਵਾਜ਼ ਆਈ ਵੀ ਇਹ ਸੰਗਤ ਜੋਗੀ ਨਹੀਂ, ਇਹ ਬਰਾਤ ਜੋਗੀ ਆ, ਇਹ ਆਵਾਜ਼ ਆ ਗਈ। ਹੁਣ ਉਹ ਬੋਲਣ ਡਏ ਨੇ ਉੱਥੇ, ਕਿਆ ਤੁਛ ਥੀ ਵੋ ਮਠਾਈ ਜੋ ਮੇਰੇ ਸਿੱਖਰ ਨਾ ਪਾਈ, ਜੋ ਮੇਰੇ ਸਿੱਖਾਂ ਦੇ ਅੱਗੇ ਨਾ ਪਾਈ, ਖਵਾਈ ਨਾ ਸਿੱਖਾਂ ਨੂੰ। ਤੇ ਉਹ ਮਠਿਆਈ ਤੇ ਸਾਰੀ ਜੰਗ ਦੇ ਵਿੱਚ ਘੋੜਿਆਂ ਦੇ ਖੁਰਾ ਥੱਲੇ ਰੁੜ ਗਈ, ਅੱਖ ਵਾਹਿਗੁਰੂ, ਜੰਗ ਹੋਣ ਲੱਗ ਪਈ। ਤੇ ਮੇਰੇ ਸਤਿਗੁਰੂ ਨੂੰ ਪੁੱਛਿਆ, ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਸਿੱਖ ਬੜਾ ਪਿਆਰਾ ਲੱਗਦਾ ਹੈ, ਆ ਸਮਾਪਤੀ ਕਰਨ ਲੱਗਾ, ਹੁਣ ਧਿਆਨ ਨਾਲ ਸੁਣੋ, ਤੁਹਾਨੂੰ ਸਿੱਖ ਕਹਿੰਦੇ, ਹਾਂ ਮਾਤਾ ਪ੍ਰੀਤ ਕਰੇ ਪੁੱਤ ਖਾਏ, ਆਉਂਦੀ ਤੁਕ ਜੀ, ਮਾਤਾ ਮਾਂ ਆਪਣਾ ਪਰਸ ਭਰਿਆ ਹੋਵੇ ਨਾ ਟੋਫੀਆਂ ਨਾਲ ਤੇ ਚੌਕਲੇਟ ਨਾਲ, ਅਖੋਏਗੁਰੂ, ਤੇ ਬਾਜ਼ਾਰ ਵਿੱਚ ਤੁਰੇ ਤੁਰੇ ਜਾਂਦੇ ਆ ਉਹਦੇ ਬੱਚੇ ਨੂੰ ਕੋਈ ਏਡੀ ਕੁ ਟੋਫੀ ਦੇ ਦੇਣਾ ਮਾਂ ਦੇ ਨੂੰ, ਤੁਸੀਂ ਮਾਵਾਂ ਹੀ ਜੇ, ਅਖੋਏਗੁਰੂ, ਕੱਢ ਕੇ ਕੋਈ ਜੇਬ ਵਿੱਚੋਂ ਟੋਫੀ ਦੇ ਦੇ ਬੱਚੇ ਨੂੰ, ਤੇ ਮਾਂ ਉਸ ਟੋਫੀ ਦੇਣ ਵਾਲੇ ਨੂੰ ਵੇਖਦੀ ਹੈ ਵੀ ਜਿਉਂਦਾ ਰਹੋ, ਤੇਰੇ ਬੱਚੇ ਹੋਣਗੇ ਤੇ ਤੈਨੂੰ ਬੱਚੇ ਨਾਲ ਪਿਆਰ ਆ ਨਾ, ਆਖੋ ਵਾਹਿਗੁਰੂ, ਤੁਸੀਂ ਪਕੜ ਨਹੀਂ ਰਹੇ, ਤੇਰੇ ਤਾਂ ਹੀ ਤੇਰਾ ਬੱਚੇ ਨਾਲ ਪਿਆਰ ਆ ਨਾ, ਤੇ ਤੂੰ ਮੇਰੇ ਬੱਚੇ ਨੂੰ, ਹਾਲਾਂਕਿ ਆਪਣਾ ਪਰਸ ਭਰਿਆ ਹੈ ਟੋਫੀਆਂ ਨਾਲ, ਜਿਹਨੇ ਇੱਕ ਟੋਫੀ ਦਿੱਤੀ, ਮਾਂ ਦਾ ਅਭਾਵ ਇੰਨਾ ਬਣ ਗਿਆ, ਮਾਂ ਇੰਨੀ ਗਦਗਦ ਹੋ ਗਈ ਵੀ ਇਸ ਬੰਦੇ ਨੇ ਮੇਰੇ ਬੱਚੇ ਨੂੰ ਟੋਫੀ ਦਿੱਤੀ। ਅੱਗੇ ਦੂਸਰਾ ਵਚਨ ਕਰਦੇ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ, ਜਿਸ ਤਰ੍ਹਾਂ ਇੱਕ ਮਾਂ ਖੁਸ਼ ਹੁੰਦੀ ਹੈ ਜੇ ਉਹਦੇ ਬੱਚੇ ਨੂੰ ਟੋਫੀ ਦੇਈਏ, ਤੇ ਗੁਰੂ ਕਿਉਂ ਸਿੱਖੋ, ਸਤਿਗੁਰੂ ਤਾਂ ਖੁਸ਼ ਹੁੰਦੇ ਜੇ ਉਹਦੇ ਸਿੱਖ ਦੇ ਮੂੰਹ 'ਚ ਕੁਝ ਪਾਈਏ, ਤੇ ਉਹ ਮਠਿਆਈ ਮੇਰੇ ਸਿੱਖ ਦੇ ਮੂੰਹ 'ਚ ਨਹੀਂ ਪਈ, ਤਾਂ ਉਹ ਮਠਿਆਈ ਵਚਨ ਨਿਕਲ ਗਿਆ ਸੀ ਜਦ ਅਵੱਛ ਹੋਣੀ ਸੀ, ਇਸ ਕਰਕੇ ਅਸੀਂ ਆਖਿਆ ਸੁਧਾ ਸਰ ਨਹੀਂ, ਤੁਸੀਂ ਇਹਦਾ ਝਵਾਲ ਜਾ ਕੇ ਆਨੰਦ ਕਾਰਜ ਕਰੋ, ਐਸਾ ਪਰਮਕਾਰੀ ਮੇਰਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਆਗਮਨ ਹੈ, ਤੁਹਾਨੂੰ ਲੱਖ ਲੱਖ ਵਧਾਈਆਂ। ਤੁਹਾਡੇ ਕੁਝ ਮੈਸੇਜ ਜੇ, ਤਿੰਨ ਕੁ ਬਹੁਤੇ ਨਹੀਂ, ਇੱਕ ਤੇ ਧੀ ਨਹੀਂ ਕਦੀ ਪੇਟ 'ਚ ਮਾਰਨੀ, ਬੋਲੋ ਹੁਣ ਆਪਣੀ ਜ਼ਬਾਨ ਤੋਂ, ਬੋਲੋ ਜਿਹੜੀਆਂ ਸੋਚੀ ਵੀ ਪਈਆਂ ਭੈਣਾਂ ਇਸ ਤਰ੍ਹਾਂ ਕਰਕੇ, ਤੁਸੀਂ ਬੋਲੋ ਨਾ ਮੈਂ ਕੀ ਕਿਹਾ, ਪੇਟ ਵਿੱਚ ਕਦੀ ਵੀ
ਸੋ ਕਿਉਂ ਮੰਦਾ ਆਖੀਏ? ਇਹ ਮੈਸੇਜ ਆ ਗੁਰਬਾਣੀ ਦਾ ਤੁਹਾਡੇ ਲਈ। ਇੱਕ ਗੁਰੂ ਕੇ ਸਿੱਖੋ, ਦੂਸਰਾ ਮੈਸੇਜ ਆ ਗੁਰੂ ਕਾ ਸਿੱਖ ਕਦੀ ਸ਼ਰਾਬ ਨਾ ਪੀਵੇ। ਤੁਹਾਡੀ ਮਰਜ਼ੀ ਤੇ ਮੰਨਣਾ ਨਾ ਮੰਨਣਾ ਉਹ ਮੇਰੇ ਤੇ ਤੂੜੀਆਂ ਨਾ ਵੱਟਿਓ, ਮੈਸੇਜ ਸੁਣ ਲਓ। ਆਖੋ ਵਾਹਿਗੁਰੂ ਕੀ ਨਾ ਕਰੇ? ਇੱਕ ਗੁਰੂ ਕਾ ਸਿੱਖ ਦਾਜ ਨਾ ਦਵੇ ਤੇ ਨਾ ਦਾਜ ਲਵੇ। ਇਹ ਮੈਸੇਜ ਨੇ ਗੁਰਬਾਣੀ ਦੇ, ਝੋਲੀ ਚ ਪਵਾ ਲਿਓ ਅੱਜ ਦੇ ਪੁਰਬ ਤੇ। ਜੇ ਇੱਕ ਗੁਰ ਕੀ ਜੇ ਇੱਕ ਵੀ ਸੁਣ ਜਾਓਗੇ ਤੇ ਉਹਨੂੰ ਮੰਨ ਲਓਗੇ ਤੇ ਗੁਰਪੁਰਬ ਮਨਾਏ ਗਏ, ਨਹੀਂ ਤੇ ਭਾਈ ਜੀ ਮੇਰਾ ਵੀ ਕੰਮ ਬਣ ਗਿਆ, ਤੁਹਾਡਾ ਵੀ ਬਣ ਗਿਆ, ਆਏ ਲੰਗਰ ਛਕਿਆ ਚਲੇ ਗਏ। ਹੱਥ ਜੋੜ ਕੇ ਬੇਨਤੀ ਆ, ਸਿੱਖੀ ਦੀ ਇਸ ਵੇਲੇ ਹਾਲਤ ਕੋਈ ਬਹੁਤੀ ਚੰਗੀ ਨਹੀਂ। ਇਹ ਮੰਨਦੇ ਹੋ ਤੁਸੀਂ ਵੀ, ਤੁਸੀਂ ਵੀ ਮੰਨਦੇ ਤੇ ਮੈਂ ਵੀ ਮੰਨਦਾ ਕਿ ਹਾਲੀ ਵੀ ਕਰਨਾ ਤੇ ਉਂਗਲਾਂ ਲੈ ਛੱਡਾਂਗੇ। ਇਸ ਵੇਲੇ ਜਿੰਨੀ ਡਾਊਨਫਾਲ ਸਿੱਖੀ ਦੀ ਹਾਲਤ ਹੈ, ਘਰਾਂ ਘਰਾਂ 'ਚ ਸ਼ਰਾਬ, ਘਰਾਂ ਘਰਾਂ 'ਚ ਆ। ਹੁਣੇ ਮੈਨੂੰ ਇੱਕ ਪਰਿਵਾਰ, ਐਡੀ ਸੋਹਣਾ ਪਰਿਵਾਰ ਭੱਜ ਕੇ ਆਣ ਕੇ ਗੱਡੀ 'ਚੋਂ ਮਿਲਿਆ। ਮੈਂ ਕਿਹਾ ਕੋਈ ਕਹਿਣਗੇ ਗੁਰਬਾਣੀ ਪੁੱਛਣਗੇ ਭੱਜ ਕੇ ਆਣ ਕੇ, ਅੱਜ ਛੇਤੀ ਚਲੋ ਛੇਤੀ ਚਲੋ ਫਤਿਹ ਬੁਲਾ ਕੇ। ਉੱਧਰੋਂ ਅਸੀਂ ਇੱਥੇ ਆਉਣਾ ਸੀ ਹੁਣ। ਭਾਈ ਸਾਹਿਬ ਜੀ ਅਸੀਂ ਬੜੇ ਤੰਗ ਹਾਂ, ਐਡਾ ਸੋਹਣੇ ਅੜੀਆਂ ਨੇ ਸੋਨੇ ਦੀਆਂ ਮੁੰਦਰੀਆਂ ਕੜੇ ਪਾਏ, ਧੀਆਂ ਨੇ ਵੀ, ਘਰ ਵਾਲੇ ਪਰਿਵਾਰ ਨੇ ਵੀ। ਮੈਂ ਕਿਹਾ ਕੀ ਹੋਇਆ ਤੁਹਾਨੂੰ? ਇਹਦੇ ਬੱਚੀ ਦਾ ਤਲਾਕ ਹੋ ਗਿਆ। ਉਹ ਭਾਗਾਂ ਵਾਲੇ ਹੋ, ਜਿਹਦੀ ਧੀ ਨੂੰ ਘਰ ਭੇਜ ਦਿੱਤਾ ਜਾਵੇ, ਉਸ ਪਿਓ ਦੀ ਜ਼ਿੰਦਗੀ ਵੇਖੋ। ਇਹ ਕਾਰਨ ਸਾਰੇ ਪਰਮੇਸ਼ਰ ਤੇ ਭੁੱਲਿਆ ਜੇ ਵਿਆਪਨ ਸਭੇ ਰੋਗ। ਰੱਬ ਦਾ ਨਾਮ ਜਪੋ, ਜਿਹਦੇ ਨਾਲ ਸਿੱਖੀ ਵੀ ਚੜ੍ਹਦੀ ਕਲਾ 'ਚ ਜਾਵੇ ਅਤੇ ਸਾਡਾ ਜੀਵਨ ਵੀ ਚੜ੍ਹਦੀ ਕਲਾ ਵਿੱਚ ਜਾਵੇ। ਅੰਮ੍ਰਿਤ ਵੇਲੇ ਰੋਜ਼ ਉੱਠੋ, ਇਸ਼ਨਾਨ ਜ਼ਰੂਰ ਕਰੋ, ਗੁਰਮੰਤਰ ਦਾ ਮੂਲ ਮੰਤਰ ਦਾ ਪਾਠ ਕਰੋ, ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਕਰੋ, ਦੋ ਬਾਣੀਆਂ ਦਾ ਜਾਪ ਘੱਟ ਤੋਂ ਘੱਟ ਰਾਤ ਨੂੰ ਜ਼ਰੂਰ ਕਰਿਆ ਕਰੋ, ਤਾਂ ਕਿ ਗੁਰੂ ਸਾਡੀ ਬਾਂਹ ਫੜੇ, ਗੁਰੂ ਸਾਡੇ ਸਿਰ 'ਤੇ ਹੱਥ ਰੱਖੇ। ਭੁੱਲਾਂ ਨਾ ਚਿਤਾਰਿਓ ਜੀ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।